वाहिगुरु जी का खालसा वाहिगुरु जी की फतेह। बहुत सारे तो वैसे ही तकलीफ होगी होनी अज भी अज छोटे वीर दे नाल जिथे हरजीत सिंह आ गए, पर भाई साहब मैं एक गल जरूर कहूंगा जी कि सानू हमेशा लोग साढ़े जो नौजवान पीढ़ी आ साढ़े बच्चे साढ़े बजुर्ग वो कलाकारां नूं प्रमोट करदे जी, पर असी मैं गुरु वाला पिछे गुरु साहब की फोटो सानू किसी तरह का कोई लालच नहीं जी। असी तुहानू प्यार करते हैं प्रेम करते हैं जी, किस चीज नूं पंज भूतक शरीर नूं नहीं करते। थोड़े अंदर जिहड़ा ओह परमेश्वर बैठा जिहड़ा थोड़े सेवावां करा रहा जी उहनूं प्यार करते हैं। सो दोस्तों मेरे नाल मेरा छोटा बीच मेरा भरा पीपी गोल्डी जी अज आप दीयां दे नाल रूबरू होण वास्ते दस भाई साहब जी दे घर विखे आया पिंड कालेवाल। बड़े पिछले दिनां विच दास नूं फोन करदे ने तुहाडा नाम लेके करदे ने तुसीं उत्ते की लैणा मैनूं मेरी जात पुछदे ने मेरा धर्म पुछदे ने वी तूं सिख है की आ मैनूं दसण दी जरूरत नहीं है मैं किहदा वारस हां मैनू मेरे खानदान की दसन की जरूरत नहीं मैं कालिया वाले बाजा वाला ताजा वाले का पोता थोड़े वर्गे बंदर वर्गा नहीं है ये जड़े ये मेरे छोटे भरा उंगलां करते ने वख वख गल्लां करते ने उन्होंने मैं एक गल अज कह दिना थानू कोई भी बंदा तंग करे जी परेशान करे ओ लोकां दी तुसी जद मर्दी तुसी कह दे वी थोड़े घर आ जाण जे ओ कहण वी साडे घर आ आपां उन्हां दे घर चले जावांगे। जे किसी नूं तकलीफ है बाहर बैठ के बड़ियां गल्लां मारनियां ने पर उन्हां पीरां दा मैं कदे नहीं सां भुलदा जिन्हां ने तुहानूं सहयोग दित्ता जी बिल्कुल मेरा सिर उन्हां नूं झुकदा पर जिहड़े बांदर फेसबुक ते तुहाडे अंगेस्ट भौंकदे ने मैं उन्हां नूं इक गल समझा दिंदा तुसीं जिन्हां ते मर्जी फोन करो तुहाडियां इह गिद्दड़ भौंकदियां ते असीं डरन वाले नहीं हैगे। जे वीर दा कोई नुकसान हो गया जां इहदे परिवार दा नुकसान हो गया ਤੁਸੀਂ ਉਹਦੇ ਜ਼ਿੰਮੇਵਾਰ ਆਪ ਹੋਵੋਗੇ ਕਿਉਂ ਤੁਹਾਡੀਆਂ ਕਰਤੂਤਾਂ ਆਈਆਂ ਨਹੀਂ ਆ ਕਿਉਂਕਿ ਬੈਠੇ ਤੁਸੀਂ ਵਿਦੇਸ਼ ਵਿੱਚ ਹਿੰਦੁਸਤਾਨ ਤੁਸੀਂ ਆਉਣ ਵਾਲੇ ਨਹੀਂ ਭਾਈ ਸਾਹਿਬ ਜੀ ਤੁਹਾਨੂੰ ਕਿਸੇ ਤੇ ਡਰਨ ਦੀ ਲੋੜ ਨਹੀਂ ਨਹੀਂ ਜੀ ਤੁਸੀਂ ਹਿਸਾਬ ਦੇਣਾ ਕਲਗੀਆਂ ਵਾਲਿਆਂ ਨੂੰ ਬਿਲਕੁਲ ਤੁਸੀਂ ਹਿਸਾਬ ਦੇਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਿਲਕੁਲ ਤੁਸੀਂ ਹਿਸਾਬ ਦੇਣਾ ਉਸ ਪਰਮੇਸ਼ਵਰ ਨੂੰ ਅੱਜ ਇਹ ਬਾਂਦਰ ਮੰਗਦੇ ਨੇ ਕੱਲ੍ਹ ਹੋਰ ਮੰਗਣਗੇ ਤੁਸੀਂ ਕਿਹਦੇ ਕਿਹਨੂੰ ਹਿਸਾਬ ਦੇਈ ਜਾਓਗੇ ਜਿਹੜੇ ਤੁਹਾਨੂੰ ਹਿਸਾਬ ਮੰਗਦੇ ਨੇ ਉਹਨਾਂ ਤੁਸੀਂ ਇੱਕੇ ਗੱਲ ਕਹਿਣੀ ਕਿ ਤੁਸੀਂ ਸਾਡੇ ਕੋਲ ਦਰਬਾਰ ਸਾਹਿਬ ਆ ਜਾਓ ਜੀ ਮਹਾਰਾਜ ਜਾਣਦਾ ਜੀ ਇਹਨਾਂ ਦਾ ਆਪਣਾ ਕੋਈ ਕਰੈਕਟਰ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਆ ਬਘੇਲ ਸ਼ਘੇਲ ਜੇ ਜਿਹੜੇ ਤੁਰੇ ਫਿਰਦੇ ਆ ਨਾ ਜੀ ਇਹਨਾਂ ਨੇ ਛਿੱਤਰਾਂ ਦੇ ਅੱਗੇ ਖੜਨਾ ਨਹੀਂ ਹੈਗਾ ਸੋ ਤੁਸੀਂ ਘਾਬਰਨਾ ਨਹੀਂ ਹੈਗਾ ਕਿਸੇ ਵੀ ਗੱਲੋਂ ਘਾਬਰਨਾ ਨਹੀਂ ਹੈਗਾ ਪਹਿਲੀ ਗੱਲ ਤਾਂ ਇਹ ਆ ਇਹ ਅਸਲ ਦੇ ਵਿੱਚ ਹੋਰ ਆ ਭਾਈ ਸਾਹਿਬ ਜੀ ਕਿਤੇ ਨਾ ਕਿਤੇ ਇਹ ਲੋਕ ਨੇ ਸਾਡੇ ਧਰਮ ਨੂੰ ਸਾਡੇ ਸਾਡੀ ਇਨਸਾਨੀਅਤ ਨੂੰ ਖਤਮ ਕਰਨ ਬਦਲ ਚ ਲੋਕ ਨੇ ਇਹ ਸਾਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਲੜਾਉਣ ਵਾਲੇ ਤੇ ਲੋਕ ਨੇ ਇਹ ਜੀ ਇੱਕ ਤੁਹਾਨੂੰ ਮੁਲਾਜ਼ਮ ਸੇਵਾ ਕਰਦਾ ਝੱਲ ਨਹੀਂ ਹੁੰਦਾ ਆਹ ਬਾਣੇ ਪਾ ਕੇ ਬਥੇਰੇ ਲੋਕਾਂ ਨੇ ਲੁੱਟ ਲਏ ਲੁਮੀਆਂ ਫੁੱਟ ਲਈ ਆਹ ਬੜੇ ਬੜੇ ਡੇਰੇ ਵਾਲਿਆਂ ਨੇ ਥੋੜੇ ਪੈਸੇ ਇਕੱਠੇ ਕਰੇ ਨੇ ਪੁੱਛ ਲਓ ਆਪਣੇ ਬਾਪ ਨੂੰ ਢੱਡਰੀ ਵਾਲੇ ਨੂੰ ਕਿੱਥੇ ਦੇ ਪੈਸੇ ਆਉਂਦੇ ਨੇ ਪੁੱਛ ਲਓ ਤੁਸੀਂ ਜਾ ਕੇ ਸਾਸੇ ਵਾਲੇ ਨੂੰ ਕਿੱਥੇ ਦੇ ਪੈਸੇ ਆਉਂਦੇ ਨੇ ਲਓ ਉਹਨਾਂ ਦੇ ਹਿਸਾਬ ਕਿਤਾਬ ਥੋੜੇ ਹਿਸਾਬ ਕਿਤਾਬ ਲੈਣ ਵਾਲੇ ਤੁਹਾਨੂੰ ਮੈਂ ਇੱਕ ਗੱਲ ਸਮਝਾ ਦਿੰਦਾ ਮੈਨੂੰ ਫੋਨ ਜਿਹਨੇ ਮਰਜ਼ੀ ਤੁਸੀਂ ਕਰਾਓ ਪਾਠ ਨਹੀਂ ਹੈਗਾ ਗੁਰੂ ਦਾ ਸਿੰਘ ਆ ਮੈਂ ਜਿਹਨੂੰ ਫੇਰ ਤਕਲੀਫ ਹੋਵੇ ਜਦ ਮਰਜ਼ੀ ਮੈਨੂੰ ਪੁੱਛ ਲਿਓ ਤੁਸੀਂ ਭਾਈ ਸਾਹਿਬ ਜੀ ਤੁਸੀਂ ਮੇਰੇ ਭਰਾ ਹੈ ਇਹਨਾਂ ਨੂੰ ਛੱਡਣਾ ਨਹੀਂ ਹੈਗਾ ਆਪਾਂ ਨੇ ਆਪਣੇ ਸੇਵਾ ਹਰ ਬੰਦੇ ਦੀ ਕਰਨੀ ਹੈ ਹੁਣ ਤਾਂ ਇਹ ਇੱਥੋਂ ਤੱਕ ਗਿਰ ਗਏ ਕਿ ਮੈਨੂੰ ਕਦੇ ਉੱਥੋਂ ਨੋਟਿਸ ਕਢਾ ਕਦੇ ਇੱਧਰੋਂ ਕਰਾ ਕਦੇ ਉੱਧਰੋਂ ਕਰਾ ਤੇ ਇਹ ਨੀ ਵੀ ਤੂੰ ਵਰਦੀ ਚ ਸੇਵਾ ਨੀ ਕਰਨੀ ਤੂੰ ਏਦਾਂ ਨੀ ਕਰਨਾ ਤੂੰ ਏਦਾਂ ਨੀ ਕਰਨਾ ਜਾਣੀ ਕਿ ਇੱਥੋਂ ਤੱਕ ਹੁਣ ਆਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਪਹਿਲਾਂ ਇਹਨਾਂ ਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪੌੜੀ ਬਣਾਉਣਾ ਚਾਹੁੰਦੇ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰੀ ਇਹਨਾਂ ਨੇ ਪਰ ਤੁਸੀਂ ਘਾਬਰਨਾ ਨੀ ਜਿਹੜੇ ਲੋਕ ਤੁਹਾਨੂੰ ਪਿਆਰ ਕਰਨ ਉਵੇਂ ਕਰਦੇ ਨੇ ਪਰ ਕਿੰਨੀਆਂ ਐਨ ਜੀ ਓ ਨੇ ਕਿੰਨੀਆਂ ਜਥੇਬੰਦੀਆਂ ਨੇ ਕਿਤੇ ਬਾਬੇ ਨੇ ਤੁਹਾਡੇ ਹੱਕ ਵਿੱਚ ਉਹਨਾਂ ਦੀ ਜ਼ਬਾਨ ਕਿਉਂ ਬੰਦ ਹੋ ਜਾਂਦੀ ਹੈ ਯਾਰ ਹੋਰ ਬਥੇੜਾ ਭੌਂਕਣ ਮੈਨੂੰ ਤਾਂ ਬਸ ਹੋਰ ਨੀ ਕਿਸੇ ਗੱਲ ਦਾ ਦੁੱਖ ਹੈਗਾ ਸੰਗਤ ਜੀ ਮੈਨੂੰ ਦੁੱਖ ਇਸ ਗੱਲ ਦਾ ਵਾ ਕਿ ਕੋਈ ਵੀ ਬੰਦਾ ਬਿਨਾਂ ਸਬੂਤਾਂ ਤੋਂ ਕੁਛ ਵੀ ਬੋਲ ਰਿਹਾ ਬਿਲਕੁਲ ਠੀਕ ਹੈ ਜਿੰਨਾ ਮੀਡੀਆ ਜਿੰਨੇ ਕੁ ਸਮਾਜ ਸੇਵੀ ਬੋਲੇ ਸਾਰਿਆਂ ਦਾ ਨਾਂ ਨਹੀਂ ਲੈਂਦਾ ਜਿੰਨੇ ਕੁ ਬੋਲੇ ਆ ਸਾਰਿਆਂ ਨੇ ਉੱਠ ਕੇ ਮੇਰੇ ਤੇ ਪ੍ਰਸ਼ਨ ਖੜੇ ਕਰ ਦਿੱਤੇ
देखो पढ़े लिखे हो तुसी सरकार दे अदारे चो मेनु एक गल दसो कल सानू पाकिस्तान साडा क्यों हिसाब मंगे पाकिस्तान हिसाब दोगे क्या असि अफगानिस्तान हिसाब दोगे क्या असि दुबई के लोगों हिसाब दोगे क्या असि उन्होंने अमरीका वाले जो सू फोन करते हैं सू फेसबुक बारे भौंकते हैं उन्होंने क्यों हिसाब दईए हिसाब देना अपने मासड़ से उरे आके ले लो जो फिर ना तिंदी छंदी जे इन्हों कहना मैं फाड़ा मासड़ बैठा सामने ये तो ले लो हिसाब इंडिया आके लो आ जाओ मैं दूंगा थानू नाल जाके हिसाब क्या तुम भौंकी जाने फेसबुक से ट्रक चला लो आराम नाल ठीक है ड्राइवर भाजी ट्रक चला लो अपना आराम नाल होर कोई कमे नहीं साहब देखो साहब हुण पुनीत भाजी ने भी देता वा पर कहिंदे ओह भी गलत आ जी हुण मैं तां फिर गल की भी मैं आपां दा कुछ नहीं साडा तां वाहिगुरु सच्चे पातशाह जाणदा देण नूं असीं भी दे देणा सी पर इन्हां ने मन्नणा ही नहीं फायदा नहीं बाबा जिहड़ा असीं चुप करके सेवा करी जाणी आ ठीक है जी ਜਿਨ੍ਹਾਂ ਨੂੰ ਜਿਹੜੇ ਸਾਡੇ ਵੀਰ ਐਨ ਆਰ ਆਈ ਸਾਨੂੰ ਪਤਾ ਬਾਬਾ ਜੀ ਜਿਨ੍ਹਾਂ ਨੂੰ ਮੈਂ ਜੁੜਿਆ ਹੋਇਆ ਜਿਨ੍ਹਾਂ ਦੇ ਨਾਲ ਜਿਹੜੇ ਸਾਨੂੰ ਸੇਵਾ ਭੇਜਦੇ ਆ ਉਹਨਾਂ ਦਾ ਇੱਕੋ ਹੀ ਸਵਾਲ ਕਿ ਗੋਲਡੀ ਚੁੱਪ ਕਰਕੇ ਜੋ ਦੁਨੀਆ ਕਹਿੰਦੀ ਆ ਕਈ ਜਾਣ ਦੋ ਚੁੱਪ ਕਰਕੇ ਬਸ ਸੇਵਾ ਚ ਲੱਗੇ ਰਹੋ ਕਹਿੰਦੇ ਆ ਕਿ ਜਦੋਂ ਸਮਾਂ ਨਾ ਸਮਾਂ ਜਿਹੜਾ ਉਹ ਕਹਿੰਦੇ ਗੁਜ਼ਰਦਾ ਰਹਿੰਦਾ ਜੀ ਜੇ ਮਾੜਾ ਤਾਂ ਸਬਰ ਕਰ ਲਓ ਜੇ ਚੰਗਾ ਤਾਂ ਸ਼ੁਕਰ ਕਰੋ ਹੁਣ ਅਸੀਂ ਸਬਰ ਕਰ ਰਹੇ ਹਾਂ ਸਾਨੂੰ ਬੜਾ ਮਾੜਾ ਚੰਗਾ ਦੁਨੀਆ ਬੋਲ ਰਹੀ ਕੋਈ ਗੱਲ ਨੀ ਜਿਹੜੇ ਚਾਂਦਨੀ ਚੌਂਕ ਤੇ ਲੈ ਕੇ ਇੱਥੇ ਆਏ ਆਨੰਦਪੁਰ ਸਾਹਿਬ ਅਸੀਂ ਉਹਦੇ ਵਾਰਸ ਆ ਸਮਝ ਲਿਓ ਕਿਤੇ ਭੁਲੇਖੇ ਚ ਨਾ ਰਹੋ ਠੀਕ ਹੈ ਤੁਹਾਨੂੰ ਇਹੀ ਤਕਲੀਫ ਹੁੰਦੀ ਆ ਕਹਿੰਦੇ ਤੁਸੀਂ ਜਾਤ ਪਾਤ ਨੂੰ ਲੈ ਕੇ ਅੱਗਾ ਗੱਲ ਕਰਦੇ ਨੇ ਤੁਸੀਂ ਦੇਖਿਆ ਵੀ ਇਹ ਤਾਂ ਗਰੀਬ ਲੋਕ ਹੈ ਚੱਕ ਦੋ ਫੱਟੇ ਤੁਹਾਡਾ ਮਾਸੜ ਸੌਦੇ ਸਾਹ ਤੇ ਲਾ ਲਓ ਜਿਹੜਾ ਟੀਕਾ ਲਾਉਣਾ ਪਾ ਲਓ ਉਹਦੇ ਜਾ ਕੇ ਜੱਫੀ ਜਿਹੜੀ ਪੈਂਦੀ ਆ ਦੂਸਰਾ ਮੇਰੀ ਇੱਕ ਹੱਥ ਬੰਨ ਕੇ ਬੇਨਤੀ ਕਰਦਾ ਮੈਂ ਆਪਣੀ ਮਾਮੀ ਜੀ ਨੂੰ ਮਾਮੀ ਸ਼ਬਦ ਇੱਕ ਉਹ ਸ਼ਬਦ ਆ ਜਿਹਦੇ ਵਿੱਚ ਮਾਂ ਸ਼ਬਦ ਦੋ ਵਾਰ ਬੋਲਿਆ ਮਾਂ ਮਾਂ ਮਾਮੀ ਜੀ ਤੁਸੀਂ ਸਾਡੀ ਧੀਆਂ ਵਰਗੇ ਹੋ ਸਾਡੀਆਂ ਭੈਣਾਂ ਵਰਗੇ ਹੋ ਅਸੀਂ ਤੁਹਾਡੇ ਬੱਚਿਆਂ ਵਰਗੇ ਹਾਂ ਜੇ ਪੀ ਪੀ ਗੋਲਡੀ ਨੇ ਤੁਹਾਡੀ ਜਿਹੜੀ ਜਗ੍ਹਾ ਲੱਭੀ ਤੁਸੀਂ ਆ ਕੇ ਮੈਨੂੰ ਮਿਲ ਲਓ ਮੈਂ ਦਵਾਉਂਦਾ ਤੁਹਾਨੂੰ ਜੇ ਨਾ ਦਵਾਈ ਪਰ ਲੋਕਾਂ ਦੇ ਧੱਕੇ ਨਾ ਚੜੋ ਲੋਕਾਂ ਦੇ ਗੱਲਾਂ ਚ ਆ ਕੇ ਨਾ ਬੋਲੋ ਤੁਹਾਡਾ ਪੁੱਤ ਆ ਇਹ ਕਹਿੰਦੇ ਕਿ ਮੈਨੂੰ ਧੱਕੇ ਮਾਰ ਕੇ ਇਹਨਾਂ ਦੀ ਮੰਮੀ ਨੇ ਮੈਨੂੰ ਧੱਕੇ ਮਾਰ ਕੇ ਮੈਨੂੰ ਘਰੋਂ ਕੱਢ ਦਿੱਤਾ ਬਾਹਰ ਮੈਂ ਮਸੂਮੜੀ ਜੀ ਨੇ ਮੈਨੂੰ ਧੱਕੇ ਮਾਰ ਕੇ ਮੈਂ ਕਹਿੰਦਾ ਚਲੋ ਬਾਬਾ ਜੀ ਤੁਸੀਂ ਸਾਡੇ ਨਾਲ ਚਲੋ ਜਿਹੜੇ ਜਿਹੜੇ ਘਰ ਚੋਂ ਧੱਕੇ ਮਾਰੇ ਆਪਾਂ ਉਸ ਘਰ ਚੋਂ ਉਹਨੂੰ ਵਾਪਸ ਛੱਡ ਦਿੰਦੇ ਹਾਂ ਦੱਸੋ ਮਾਮੀ ਜੀ ਆਹ ਦੇਖੋ ਮੈਂ ਵਾਅਦਾ ਕਰਦਾ ਤੁਸੀਂ ਫੋਨ ਕਰ ਲਓ ਵੀਰ ਜੀ ਨੂੰ ਕਰ ਲਓ ਮੈਨੂੰ ਕਰ ਲਓ ਜਦ ਮਰਜ਼ੀ ਉਸੇ ਘਰ ਚ ਵਾਪਸ ਲੈ ਕੇ ਜਾਣਾ ਲੇਕਿਨ ਸਮਾਜ ਨੂੰ ਪਤਾ ਤਾਂ ਲੱਗੇ ਕੁਛ ਏਦਾਂ ਨਹੀਂ ਐਵੇਂ ਨਹੀਂ ਗੱਲ ਹੁੰਦੀ ਹੈਗੀ ਮੇਰੀ ਭੈਣੇ ਮੇਰੀ ਮਾਏ ਮੇਰੀ ਭੈਣੇ ਆਏ ਨਾ ਆਪਣੇ ਪੁੱਤ ਨੂੰ ਬਦਨਾਮ ਕਰ ਇਹ ਜਿਹੜੇ ਬਾਹਰ ਵਾਲੇ ਨੇ ਇਹ ਕਿਸੇ ਦੇ ਨਹੀਂ ਹੈ ਗੱਲੇ ਇਹ ਤਾਂ ਆਪਣੇ ਮਾਂ ਬਾਪ ਦੇ ਨਹੀਂ ਹੈਗੇ ਜਿਹੜੇ ਉੱਥੇ ਬੈਠ ਕੇ ਬੋਲਦੇ ਨੇ ਅੱਜ ਸਾਡੀਆਂ ਧੀਆਂ ਬਾਰੇ ਬੋਲਦੇ ਨੇ ਕਦੇ ਸਾਡੀਆਂ ਮਾਵਾਂ ਬਾਰੇ ਬੋਲਦੇ ਨੇ ਕਦੇ ਸਾਡੀ ਸਰਕਾਰ ਬਾਰੇ ਗਲਤ ਬੋਲਦੇ ਨੇ ਕਦੇ ਸਾਡੇ ਦੇਸ਼ ਦੇ ਅੰਗੇਜ਼ ਬੋਲਦੇ ਨੇ ਕਦੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਕਿੰਦੂ ਪ੍ਰੰਤੂ ਕਰਦੇ ਨੇ ਆਹ ਤੁਹਾਡੇ ਮਾਸੜ ਨੂੰ ਸਨਮਾਨਿਤ ਕਰਿਆ ਪੁਲਿਸ ਪ੍ਰਸ਼ਾਸਨ ਨੇ ਆਹ ਡੀ ਜੀ ਪੀ ਸਾਹਿਬ ਨੇ ਦੇਖ ਲਓ ਇੱਕ ਲਸਵਾਰ ਕੇ ਤਸੱਲੀ ਹੋ ਜਾਵੇ ਤੁਹਾਡੇ ਤੁਹਾਡੇ ਕਾਲ ਦੇ ਠੰਡ ਪੈ ਜਾਵੇ ਠੀਕ ਹੈ ਇਹ ਪ੍ਰਸ਼ਾਸਨ ਨੇ ਇਹਨਾਂ ਨੂੰ ਸਨਮਾਨਿਤ ਕਰਿਆ ਹੋਇਆ ਕਿਉਂ ਇਹਨਾਂ ਦੀਆਂ ਸੇਵਾਵਾਂ ਨੂੰ ਤੁਹਾਨੂੰ ਕਿਸੇ ਨੇ ਕਰਿਆ ਤੁਹਾਨੂੰ ਤੁਹਾਡੇ ਬਾਪ ਨੇ ਨਹੀਂ ਕਰਿਆ ਕਿਤੇ ਕਦੇ ਪੁੱਤ ਕਹਿ ਕੇ ਨਹੀਂ ਬੁਲਾਇਆ ਹੋਣਾ ਆਹ ਦੇਖ ਲਓ ਲੱਗੇ ਇੱਥੇ ਆਹ ਡੀ ਜੀ ਪੀ ਸਾਹਿਬ ਨੇ ਕਰਿਆ ਪੁੱਛ ਲਿਓ ਆਪਣੇ ਮਾਸੜ ਨੂੰ ਇਹਨੂੰ ਫੋਨ ਕਰਕੇ ਬੈਠਾ ਨਾਲ ਗੋਲਡੀ ਬੜੇ ਬਰਾਗੇ ਹੋਏ ਤੇ ਤੁਸੀਂ ਗੋਲਡੀ ਨਹੀਂ ਬੋਲਦਾ ਗੋਲਡੀ ਨਹੀਂ ਬੋਲਦਾ ਲਾਰੇ ਕਿਉਂ ਅੱਜ ਵੀ ਨੇ ਲਾਉਣਾ ਤੁਹਾਡੀ ਦੰਨੇ ਅਸੀਂ ਗੱਲਾਂ ਦੇ ਜਵਾਬ ਬਾਬਾ ਜੀ ਮੈਂ ਪਤਾ ਕੀ ਗੱਲ ਆ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਸਾਰੇ ਲੋਕ ਉੱਠ ਕੇ ਮੇਰੇ ਵੱਲ ਨੂੰ ਆ ਗਏ ਸਾਰੇ ਜਿੰਨਾ ਮੀਡੀਆ ਸੀਗਾ ਜਾਂ ਜਿੰਨੇ ਵੀ ਆ ਬੋਲੇ ਸਾਰੇ ਪਤਾ ਵੀ ਗੋਲਡੀ ਨੇ ਕੁਛ ਕਹਿਣਾ ਨਹੀਂ ਆ ਭੋਲਾ ਬਾਬਣ ਤੇ ਉਹਦੇ ਖਿਲਾਫ਼ ਤਾਂ ਨਹੀਂ ਬੋਲਦੇ ਅਗਲੇ ਨੂੰ ਪਤਾ ਅਗਲਾ ਵੀ ਅਗਲਾ ਨਾਸਾਂ ਕੁੱਟ ਦੂ ਤਾਂ ਨਹੀਂ ਉਹਦੇ ਖਿਲਾਫ਼ ਬੋਲਦੇ ਡੰਡੇ ਮੂਲੇ ਭੂਤ ਨੱਚਦਾ ਪੰਜਾਬੀ ਦੀ ਕਹਾਵਤ ਆ ਜਿਸ ਕੀ ਲਾਠੀ ਉਸੇ ਕੀ ਬੈਸ ਸਿੱਧਾ ਸਾਹਿਬ ਆ ਇਹਨਾਂ ਦਾ ਇਹ ਛਿੱਤਰਾਂ ਦੇ ਜਾਣ ਨੇ
ਇਹਨਾਂ ਦਾ ਪੁੱਠਾ ਕੁੱਟਿਆ ਕਰੋ ਜੇ ਤੁਹਾਨੂੰ ਫੇਸਬੁੱਕ ਤੇ ਜਿਹੜੇ ਇਹਨੂੰ ਸਮਝਾਇਆ ਕਰੋ ਪੰਜਾਬੀ ਚ ਇਹ ਦੂਜੀ ਭਾਸ਼ਾ ਸਮਝਦੇ ਨੇ ਇਹਨਾਂ ਨੂੰ ਮਿੱਠੀ ਭਾਸ਼ਾ ਨਹੀਂ ਸਮਝ ਆਉਂਦੀ ਇਹਨਾਂ ਸ਼ੂਗਰ ਦੇ ਮਰੀਜ਼ ਨੇ ਸਾਰੇ ਇਹ ਜਿਹੜੇ ਬੱਲੇ ਨੇ ਬੈਠੇ ਬੈਠੇ ਬੱਸਾਂ ਦੇ ਵੀ ਟਰੱਕਾਂ 'ਚ ਆਪਣੇ ਰੇਡੀਓ ਬਣਾਈ ਠੀਕ ਆ ਇਹਨਾਂ ਨੇ ਇਹਨਾਂ ਦੀ ਗੱਲ ਕਰਦਾ ਮੈਂ ਜਿਹੜੇ ਅਮੈਰੀਕਾ ਤੇ ਬੈਠੇ ਆ ਵਘੇਲੇ ਸ਼ਘੇਲੇ ਜਿਹੜਾ ਆ ਇੰਦੀ ਫਿੰਦੀ ਸ਼ਿੰਦੀ ਆ ਸਿਧਰਾ ਜਿਹੜਾ ਬੋਲਦੇ ਦਾ ਬੜਾ ਸਿਧਰਾ ਇਹਨਾਂ ਨੂੰ ਮੈਂ ਸਮਝਾ ਦਵਾਂ ਉਹ ਕਿਸ਼ਨ ਲਾਲ ਤੇਰੇ ਘਰ ਆਉਣਾ ਮੈਂ ਜਿੱਦਣ ਤੂੰ ਕਹੇ ਮੈਨੂੰ ਟਾਈਮ ਦੇ ਦੀ ਵੀ ਫਲਾਣੇ ਦਿਨ ਮੈਂ ਘਰ ਆ ਗੋਲਡੀ ਨੂੰ ਨਾਲ ਲੈ ਕੇ ਆਊਂਗਾ ਲਾ ਲੂੰਗਾ ਹਿਸਾਬ ਤੂੰ ਵੀ ਆਪਣੀ ਨੌਕਰੀ ਦਾ ਹਿਸਾਬ ਦੇ ਦੀ ਇਹ ਵੀ ਦੇ ਦੂਗਾ ਫਿਰ ਦੋਨਾਂ ਜਣੇ ਨੂੰ ਲੈ ਜੂਗਾ ਸਾਹਿਬ ਦੇ ਕੋਲ ਕਾਨੂੰਨੀ ਤੌਰ ਤੇ ਲੈ ਲੂੰਗੇ ਕੁਛ ਸ਼ਰਮ ਕਰ ਆਪਣੇ ਆਪ ਨੂੰ ਜਿਹੜੇ ਇੱਥੇ ਦੇ ਭੋਲੇ ਭਾਲੇ ਲੋਕ ਆ ਉਹਨਾਂ ਨੂੰ ਤੁਸੀਂ ਆਪਣੀ ਗੱਲਾਂ 'ਚ ਮਾਰ ਕੇ ਉਕਸਾਉਂਦੇ ਆ ਹਿੰਦੁਸਤਾਨ ਨੂੰ ਤੁਸੀਂ ਬਰਬਾਦ ਕਰਕੇ ਰੱਖਤਾ ਚੰਗੇ ਭਲੇ ਲੋਕਾਂ ਦੇ ਘਰ ਰੋਟੀ ਨਹੀਂ ਪੱਕਦੀ ਜੇ ਕਿਸੇ ਗਰੀਬ ਦੇ ਇਹਨੇ ਹੰਝੂ ਪੂੰਝੇ ਨੇ ਉਹਨੂੰ ਪੁੱਛ ਕੇ ਦੇਖੋ ਜਿਹਨਾਂ ਦੇ ਵਿਆਹ ਕਰੇ ਨੇ ਉਹ ਧੂਗੀਆਂ ਵਾਲੇ ਨੂੰ ਪੁੱਛੋ ਜਿਹਨਾਂ ਦੇ ਘਰੇ ਸਮਾਨ ਪਹੁੰਚਾਇਆ ਪੁੱਛੋ ਪ੍ਰਸ਼ਾਸਨ ਨੂੰ ਇੱਕ ਇੱਕ ਹੋਰ ਬਾਬਾ ਜੀ ਇਹ ਕਹਿੰਦੇ ਕਿ ਤੁਸੀਂ ਦਾਜ ਨੂੰ ਬੜਾਵਾ ਦਿੰਦੇ ਹੋ ਮੇਰੀ ਗੱਲ ਸੁਣਿਓ ਸੰਗਤ ਜੀ ਸਾਰੇ ਲੋਕੀ ਨਾ ਭੈਣਾਂ ਦੇ ਵਿਆਹ ਹਰ ਕੋਈ ਕਰਦਾ ਵਾ ਦੇਖੋ ਸਾਰਿਆਂ ਦੇ ਘਰੇ ਧੀਆਂ ਭੈਣਾਂ ਨੇ ਤੇ ਤੁਹਾਨੂੰ ਇਹ ਵੀ ਸੰਗਤ ਜੀ ਪਤਾ ਵਾ ਕਿ ਲੱਖ ਲੱਖ ਦੋ ਦੋ ਲੱਖ ਅਗਲਾ ਚੰਗੇ ਤੋਂ ਚੰਗਾ ਵੀ ਖਾਣਾ ਖਵਾਉਂਦਾ ਸੰਗਤ ਨੂੰ ਪਰ ਜਿਹੜਾ ਨੀ ਕਿਹੜਾ ਬੰਦਾ ਰੋਟੀ ਖਾ ਕੇ ਨਾ ਮੂੰਹ ਤੇ ਹੱਥ ਫੇਰ ਕੇ ਜਾਣ ਲੱਗਾ ਇਹ ਕਹਿ ਜਾਂਦਾ ਕਿ ਫਲਾਨੀ ਚੀਜ਼ ਵਿਆਹ ਦੇ ਵਿੱਚ ਹੈ ਨੀ ਸੀ ਬਿਲਕੁਲ ਠੀਕ ਹੈ ਤੇ ਅਸੀਂ ਦੇਖੋ ਸਾਨੂੰ ਨੀ ਪਤਾ ਸਾਡੀ ਜਿੰਨੀ ਕੁ ਸਾਡੀ ਬੁੱਧੀ ਹੈ ਮੇਰੀ ਸੋਚ ਇਹ ਆ ਪਤਾ ਨੀ ਹੁਣ ਮੈਂ ਜੇ ਸੰਗਤ ਸਾਰੀ ਕਹੂਗੀ ਤੇ ਮੈਂ ਇਹ ਬੰਦ ਵੀ ਕਰ ਦੂ ਮੈਂ ਕਹਿੰਦਾ ਕਿ ਯਾਰ ਲੋਕਾਂ ਨੂੰ ਖਵਾ ਕੇ ਲੋਕਾਂ ਨੇ ਇਹੀ ਟੱਪਾ ਕਹਿਣਾ ਵਾ ਕਿ ਆਹ ਚੀਜ਼ ਹੈ ਨੀ ਸੀ ਮੈਂ ਉਹੀ ਪੈਸੇ ਜਿਹੜੇ ਲੰਗਰ ਤੇ ਛਕਾਉਣਾ ਉਹਨਾਂ ਨੂੰ ਸੱਦ ਕੇ ਬਰਾਤੀਆਂ ਨੂੰ ਉਸੇ ਪੈਸਿਆਂ ਦਾ ਮੈਂ ਸਮਾਨ ਲੈ ਦਿੰਦਾ ਭੈਣਾਂ ਨੂੰ ਕਿ ਜੇ ਦੇਖੋ ਫਰਿੱਜ ਲੈ ਕੇ ਠੰਡਾ ਪਾਣੀ ਪੀਓ ਵੀ ਕੂਲਰ ਹਵਾ ਚ ਭੈਣ ਪਊਗੀ ਹਨਾ ਇਹ ਜਿਹੜਾ ਜ਼ਰੂਰਤਮੰਦ ਸਮਾਨ ਜਿੰਨੇ ਨੋਟ ਤੁਸੀਂ ਡੀਜਿਆਂ ਦੇ ਸਿੱਟੇ ਆ ਨਾ ਉਨੇ ਨੋਟ ਜੇ ਕਿਤੇ ਪੰਜਾਬ ਵਾਸਤੇ ਹਿੱਤ ਚ ਲੱਗੇ ਹੁੰਦੇ ਅੱਜ ਪੰਜਾਬ ਦੀਆਂ ਸੋਨੇ ਦੀਆਂ ਗਲੀਆਂ ਬਣ ਜਾਂਦੀਆਂ ਸੋਨੇ ਦੀਆਂ ਸੜਕਾਂ ਬਣ ਜਾਂਦੀਆਂ ਇਹ ਜਿਹੜੇ ਮੂਸੇਵਾਲ ਨੂੰ ਬੱਬੂ ਮਾਨ ਨੂੰ ਜਿਹੜੀਆਂ ਗੱਡੀਆਂ ਲਈ ਘੁੰਮਦੇ ਨੇ ਨਾ ਇਹਨਾਂ ਨੂੰ ਤੁਸੀਂ ਬਾਹਰ ਬਲਾ ਬਲਾ ਕੇ ਡਾਲਰ ਸਿੱਟਦੇ ਆ ਉਹ ਤੁਹਾਨੂੰ ਚੰਗੇ ਹੀ ਲੱਗਦੇ ਨੇ ਉਹਨਾਂ ਨਾਲ ਤੁਸੀਂ ਰਿਸ਼ਤੇ ਕਰਨ ਨੂੰ ਵੀ ਤਿਆਰ ਆਪਣੀਆਂ ਧੀਆਂ ਦੇ ਮਾਫ ਕਰਨਾ ਮੇਰੇ ਕੋਲ ਸ਼ਬਦ ਨੇ ਪਰ ਸੱਚ ਆ ਇਹ ਗੱਲ ਕਿਉਂ ਇਹ ਬੰਦਾ ਤੁਹਾਨੂੰ ਤਾਂ ਨਹੀਂ ਚੁੱਕਦਾ ਕਿਉਂਕਿ ਬੇਚਾਰਾ ਗਰੀਬ ਇਨਸਾਨ ਆ ਵੀ ਸਾਊ ਨਿਕਨ ਇਨਸਾਨ ਆ ਠੋਕ ਦੋ ਰੱਖ ਕੇ ਐਵੇਂ ਨਹੀਂ ਹੁੰਦਾ ਹੈਗਾ ਕੰਮ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਤਾਂ ਕਿ ਤਾਂ ਪਾਤਸ਼ਾਹ ਦਾ ਪੁੱਤ ਆ ਮੈਂ ਦੂਜੀ ਗੱਲ ਹਰ ਮਹੀਨੇ ਅਸੀਂ ਵਿਆਹ ਕਰਨੇ ਆ ਭਾਈ ਸਾਹਿਬ ਜੀ ਹਰ ਮਹੀਨੇ ਦੀ ਮੱਸਿਆ ਨੂੰ ਦਸ ਵਿਆਹ ਕਰਦੇ ਹਾਂ ਤਿੰਨ ਵਿਆਹ ਕਰਨੇ ਅਸੀਂ ਬੱਚੀਆਂ ਦੇ ਉਹਨਾਂ ਨੂੰ ਪੁੱਛੋ ਤੇ ਬਾਪ ਨੂੰ ਮਿਲਾਓਗੇ ਤੁਹਾਨੂੰ ਜਿਹਦੀ 300 ਰੁਪਏ ਤੇ ਲੈ ਕੇ 200 ਰੁਪਏ ਦਿਹਾੜੀ ਆ ਉਹਨਾਂ ਦੇ ਖਾਤਿਆਂ 'ਚ 35-3500 ਰੁਪਇਆ ਨੀ ਉਹਦੀ ਮਾਂ ਨੂੰ ਉਹਦੇ ਬਾਪ ਨੂੰ ਪੁੱਛੋ ਵੀ ਵਿਆਹ ਕਿਵੇਂ ਕਰਨਾ ਉਹਨਾਂ ਦੇ ਵਿਆਹ ਕਰਦੇ ਨੇ ਇਹ ਤੁਹਾਨੂੰ ਲੱਗਦਾ ਵੀ ਇਹ ਤਕਲੀਫ ਆ ਅਸੀਂ ਸੱਚ ਦੇ ਸਾਥ ਆ ਭਾਈ ਸਾਹਿਬ ਜੀ ਇਹਨਾਂ ਚਿਰ ਤੁਹਾਡੀ ਛਵੀ ਨੂੰ ਕੋਈ ਦਾਗ ਨੀ ਤੁਸੀਂ ਸੱਚ ਦੇ ਨਾਲ ਚੱਲਦੇ ਹੋ ਅਸੀਂ ਤੁਹਾਡੇ ਨਾਲ ਖੜੇ ਆ ਨਹੀਂ ਬਾਬਾ ਜੀ ਮੈਂ ਮੈਂ ਇਹੀ ਵੇਟ ਕਰਦਾ ਤੁਸੀਂ ਕਦੋਂ ਕੋਰਟਾਂ ਚ ਜਾਓ ਤੇ ਕੋਈ ਗੱਲ ਨੀ ਇਹ ਜਿਹੜੇ ਭਾਈ ਸਾਹਿਬ ਜੀ ਕੋਰਟ ਵਾਲੀ ਗੱਲ ਤਾਂ ਵੱਖਰੀ ਆ ਇਹ ਜਿਹੜੇ ਫੋਨ ਕਰਦੇ ਨਾ ਮੈਨੂੰ ਵੀ 3-4 ਜਣੇ ਨੇ ਫੋਨ ਕੀਤੇ ਤੁਹਾਨੂੰ ਰਿਕਾਰਡਿੰਗਾਂ ਸੁਣਾਈਆਂ ਹੀ ਨੇ ਉਹ ਜੀ ਇਹਨਾਂ ਨੂੰ ਮੈਂ ਸਮਝਾ ਦਵਾਂ ਇਹਦੇ ਪਰਿਵਾਰ ਦਾ ਇਹਦਾ ਜੇ ਕੋਈ ਵੀ ਨੁਕਸਾਨ ਹੁੰਦਾ ਮਾਨਯੋਗ DGP ਸਾਹਿਬ ਨੂੰ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਮੈਂ ਇਸ ਮਾਧਿਅਮ ਦੇ ਰਾਹੀਂ ਬੇਨਤੀ ਕਰਦਾ ਸਾਧ ਸੰਗਤ ਜੀ ਆਪ ਜੀ ਨੂੰ ਮੈਂ ਬੇਨਤੀ ਕਰਦਾ ਕਿ ਅਗਰ ਇਹਦਾ ਕੋਈ ਵੀ ਨੁਕਸਾਨ ਹੁੰਦਾ ਜਿਹੜੇ ਲੋਕ ਇਹਦੇ ਐਂਟੀ ਵੱਖ ਵੱਖ ਮਾਧਿਅਮ ਦੇ ਰਾਹੀਂ ਇਹਨੂੰ ਬੋਲਦੇ ਨੇ ਉਹ ਇਹਦੀ ਮੌਤ ਦਾ ਜ਼ਿੰਮੇਵਾਰ ਹੋਣਗੇ ਇਹਦੇ ਪਰਿਵਾਰ ਦਾ ਜੇ ਨੁਕਸਾਨ ਆ ਉਹਦੇ ਜ਼ਿੰਮੇਵਾਰ ਹੋਣਗੇ ਕਲਗੀਧਰ ਪਾਤਸ਼ਾਹ ਦੀ ਕਿਰਪਾ ਸਦਕਾ ਮੈਂ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਮੇਰੀ ਜਿੰਦੜੀ ਵੀ ਇਹਦੇ 'ਤੇ ਲੱਗ ਜੇ ਯਾਰ ਇਹੀ ਜੀ ਇਹਦੇ 'ਚ ਆਪਣਾ ਪਰਿਵਾਰ ਕੁਰਬਾਨ ਆ ਯਾਰ ਤੇਰੇ 'ਤੇ ਕਿਆ ਗੱਲ ਆ ਪੈਸੇ ਦੀ ਕਿਆ ਗੱਲ ਆ ਇਹੋ ਜਿਹਾ ਧੀ ਪੁੱਤ ਤੁਹਾਡੇ ਘਰ ਤੁਹਾਡੇ ਆਪਣੇ ਧੀ ਪੁੱਤਾਂ ਨੂੰ ਸਮਝਾਓ ਤੁਹਾਡੇ ਨਿਆਣਿਆਂ ਦੇ ਲੱਛਣ ਦੇਖੋ ਬਾਹਰ ਜਿਹੜੇ ਬੈਠੇ ਆ ਤੁਸੀਂ
ਆ ਬਘੇਲੇ ਜਿਹਨੂੰ ਤਾਂ ਕੰਮੇ ਕੋਈ ਨਹੀਂ ਹੈਗੀ, ਬੂਥੇ ਬਿਮਾਰੇ ਦੇ ਚਾਰ ਲੱਗਿਆ ਰਹਿੰਦਾ ਬਸ, ਜਿਹਨੂੰ ਦੇਖਾ ਕਦੇ ਜੂਕੇ ਤੂੰ ਮਿਲਿਆ ਬਲੈਣਾ ਤੂੰ ਮਿਲਿਆ ਆਪਣੇ ਬਾਪ ਦੇ ਪਹਿਲਾਂ ਵਿਆਹ ਦੇ ਦੇਖ ਵੀ ਤੇਰਾ ਪ੍ਰੋਗਰਾਮ ਕੀ ਸੀ, ਆਪਣੇ ਖਾਨਦਾਨ ਦਾ ਦੇਖ ਕੀ ਹਿਸਾਬ ਤਾਬ ਸੀ। ਕੋਈ ਸ਼ਰਮ ਕਰੋ ਭਾਈ ਸਾਹਿਬ ਜੀ, ਤੁਸੀਂ ਕਿਤੇ ਘਾਬਰਨਾ ਨੀ, ਤੁਹਾਡੀਆਂ ਸੇਵਾ ਨੀ ਬੰਦ ਹੋਣੀਆਂ ਚਾਹੀਦੀਆਂ, ਸਾਡਾ ਜੱਥਾ ਪੂਰਾ ਤੇਰੇ ਨਾਲ ਖੜਾ, ਜਿੰਨੀਆਂ ਵੀ ਸਾਡੀਆਂ ਫੌਜਾਂ ਨੇ ਸਾਰੀਆਂ ਤੇਰੇ ਨਾਲ ਖੜੀਆਂ ਨੇ, ਪੂਰੀ ਸਾਡੀ ਟੀਮ ਅਰਦਾਸ ਟੀਵੀ ਪੰਜਾਬੀ ਹਮੇਸ਼ਾ ਸੱਚ ਦੀ ਆਵਾਜ਼ ਨੂੰ ਅਸੀਂ ਲੈ ਕੇ ਆਏ ਹਾਂ। ਅਸੀਂ ਬਕਾਊ ਟੋਲਾ ਨਹੀਂ ਹੈਗੇ, ਅਸੀਂ ਵਿਕਣ ਵਾਲਾ ਪਾਠ ਨਹੀਂ, ਅਸੀਂ ਸੇਵਾ ਨਾਲ ਆਏ ਹਾਂ। ਅਸੀਂ ਤੁਹਾਡੀ ਚਰਨਾਂ ਦੀ ਧੂੜ ਵੀ ਨਹੀਂ ਆਈ ਯਾਰ, ਕਿ ਤੁਸੀਂ ਐਡੀ ਸੇਵਾ। ਸਤਿਗੁਰਾਂ ਨੇ ਸਾਨੂੰ ਬਾਣਾ ਬਖਸ਼ਿਆ, ਬਾਣੀ ਬਖਸ਼ੀ, ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤ ਹਾਂ, ਅਸੀਂ ਬਾਬਾ ਜੀਵਨ ਸਿੰਘ ਜੈਤਾ ਸਿੰਘ ਦੇ ਖਾਨਦਾਨ ਚੋਂ ਹਾਂ, ਰੰਗ ਰੇਟਾ ਗੁਰੂ ਕਾ ਬੇਟਾ। ਉਹ ਜਿਹਨੇ ਦੇਖਣਾ ਜਾਂ ਮਰਜ਼ੀ ਦੇਖ ਲਿਓ ਯਾਰ, ਤੁਹਾਨੂੰ ਇਹੀ ਗੱਲ ਚੁੱਭਦੀ ਹੈ, ਹੋਰ ਕੋਈ ਬਿਮਾਰੀ ਨਹੀਂ। ਬਾਬਾ ਜੀ ਪਤਾ ਇੱਕ ਗੱਲ ਹੋਰ, ਇਹ ਕਹਿੰਦੇ ਕਿ ਸਾਡੇ ਪਰਿਵਾਰ ਨੂੰ ਇਹਨਾਂ ਨੇ, ਮੈਂ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ, ਮੈਂ ਕਿਸੇ ਪਰਿਵਾਰ ਨੂੰ ਜਾਂ ਕਿਸੇ ਨੂੰ ਵੀ ਕੋਈ ਮਾੜਾ ਚੰਗਾ ਸ਼ਬਦ ਕਿਸੇ ਤੋਂ ਕਹਿ ਕੇ ਬੁਲਵਾਇਆ ਹੋਵੇ ਤਾਂ ਮੈਂ ਕਹਿੰਦਾ ਕਿ ਮੇਰਾ ਬੇੜਾ ਗਰਕ। ਤੁਸੀਂ ਇੱਕ ਗੱਲ ਦੱਸੋ, ਸਤਿਗੁਰੂ ਅੰਗ ਸੰਗ ਨੇ ਜੀ, ਮੈਂ ਬਾਣੇ ਦੇ ਵਿੱਚ ਹਾਂ, ਤੁਸੀਂ ਤਾਂ ਨਹੀਂ ਮੈਨੂੰ ਕਿਹਾ ਨਹੀਂ। ਅਸੀਂ ਵੀਰ ਜੀ ਹਮੇਸ਼ਾ ਮਜ਼ਲੂਮ ਦੀ ਰੱਖਿਆ ਕਰਨ ਵਾਸਤੇ ਆ, ਇਹ ਨਹੀਂ ਹੈ ਕਿਉਂਕਿ ਅਸੀਂ ਆਪਣੇ ਬਾਪੂ ਦੇ ਸਿਧਾਂਤ ਲੈ ਕੇ ਚੱਲੇ ਆ। ਮੈਨੂੰ ਮੇਰੇ ਮਾਂ ਬਾਪ ਨੇ, ਮੈਨੂੰ ਮੇਰੇ ਖਾਨਦਾਨ ਨੇ ਇੱਕੇ ਗੱਲ ਸਿਖਾਈ ਆ, ਜਿੱਥੇ ਮਜ਼ਲੂਮ ਹੋਵੇ ਕੋਈ ਹੋਵੇ ਉਹਦੇ ਨਾਲ ਖੜਨਾ। ਤੁਹਾਡੇ ਸਾਰੀਆਂ ਜਥੇਬੰਦੀਆਂ, ਤੁਹਾਡੇ ਆਂਟੀ ਸਾਰੇ ਕਿੱਥੇ ਗਏ ਯਾਰ, ਤੁਸੀਂ ਕਿੱਥੇ ਗਈਆਂ ਐਨ ਜੀ ਓ, ਅੱਜ ਇਹਨੂੰ ਪੁੱਛਦੇ ਕੱਲ ਤੁਹਾਨੂੰ ਘਸਾਉਣ ਗਏ, ਉਹ ਇੱਕੇ ਕੰਮ ਫੜਿਆ, ਬੜੇ ਬੜੇ ਡੇਰੇ ਕਿੱਥੇ ਤੇ ਬਣੇ, ਇਹ ਤੁਸੀਂ ਬਣਾਏ ਨਾ। ਆ ਜਿਹੜਾ ਸਿਧਰਾ ਜਾਂਦਾ ਨਾ, ਕੋਈ ਕੰਮੇ ਨਹੀਂ ਲੱਖਾ ਸਿਧਰਾ, ਲੋਕੀ ਕਹੇ ਸਿਧਰੇ ਨੂੰ, ਇਹਨਾਂ ਨੂੰ ਕਿਤੇ ਇਹਨਾਂ ਨੂੰ ਚੱਕ ਕੇ ਨਾ ਦਿਮਾਗ ਚੈੱਕ, ਆਪਣੇ ਆਪਣੇ ਬ੍ਰੇਨ ਚੈੱਕ ਕਰਾਓ, ਆਪਣੇ ਡੋਪ ਟੈਸਟ ਕਰਾਓ, ਆਪਣੇ ਚੁੱਪ ਕਰਕੇ ਹੁਣ ਕਹਾਂ ਤਾਂ ਕਿਆ ਕਹਾਂ, ਮੇਰੇ ਸ਼ਬਦ ਕੌੜੇ ਚਲੇ ਜਾਣੇ ਆ, ਫਿਰ ਤੁਸੀਂ ਕਹਿਣਾ ਬਾਣੇ ਕਰਕੇ ਇਹੀਆਂ ਗੱਲਾਂ ਕਰਦਾ। ਮਾੜੀ ਮੋਟੀ ਸ਼ਰਮ ਤਾਂ ਕਰ ਲੈ ਯਾਰ, ਟਰੱਕ ਜਿਹਦੇ 'ਚ ਬੈਠਾ ਹੈਂਜੀ ਹੈਂਜੀ ਬੂਥਾ ਕਰੀ ਜਾਂਦਾ ਹੋਰੇ ਪਾਸੇ ਨੂੰ, ਸਮਝ ਲਓ ਇਹ ਗੱਲਾਂ, ਦੁਬਾਰਾ ਫੇਰ ਨਾ ਕਹਿਣਾ ਪਵੇ। ਪਹਿਲੀ ਗੱਲ ਭਾਈ ਸਾਹਿਬ ਜੀ, ਤੁਸੀਂ ਕਿਸੇ ਬੰਦੇ ਦਾ ਅੱਗੇ ਨਹੀਂ ਝੁਕਣਾ। ਨਹੀਂ ਮੈਂ ਨਹੀਂ ਝੁਕਣਾ, ਪਹਿਲੀ ਗੱਲ ਝੁਕਣਾ ਮੇਰਾ ਸਿਰ ਨਹੀਂ, ਮੇਰੀ ਤੁਸੀਂ ਕਲਗੀ ਵਾਲੇ ਨੂੰ ਝੁਕਣਾ। ਦੂਸਰੀ ਗੱਲ, ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਮੇਰਾ ਸਿਰ, ਅਸੀਂ ਆਪਣਾ ਜੀਵਨ ਜਿਉਂਦੇ ਜਿਉਂ ਵੀ ਹਿਸਾਬ ਤਾਬ ਅਸੀਂ ਕਲਗੀ ਵਾਲੇ ਨੂੰ ਦੇਣਾ, ਮਰਨ ਤੇ ਬਾਅਦ ਵੀ ਅਸੀਂ ਆਪਣਾ ਹਿਸਾਬ ਕਲਗੀ ਵਾਲੇ ਨੂੰ ਦੇਣਾ, ਜਿਹਨੂੰ ਤਕਲੀਫ ਹੋਵੇ ਜਿਹਨੇ ਹਿਸਾਬ ਤਾਬ ਲੈਣਾ ਹੋਵੇ, ਦਰਬਾਰ ਸਾਹਿਬ ਆਪਣੇ ਪਰਿਵਾਰ ਸਮੇਤ ਆ ਜਾਵੇ, ਤੁਸੀਂ ਵੀ ਆਪਣਾ ਪਰਿਵਾਰ ਲੈ ਕੇ ਚਲਿਓ, ਮੈਂ ਵੀ ਆਪਣਾ ਪਰਿਵਾਰ ਤੁਹਾਡੇ, ਹਾਲਾਂਕਿ ਮੈਨੂੰ ਗੁਰੂ ਵਾਲਾ, ਮੈਂ ਝੂਠ ਨਹੀਂ ਬੋਲਦਾ, ਮੈਂ ਤੇਰੇ ਨਾਲ ਵੀ ਦਰਬਾਰ ਸਾਹਿਬ ਚੜ੍ਹਨ ਨੂੰ ਤਿਆਰ ਹਾਂ, ਜੇ ਤੇਰਾ ਕਸੂਰਵਾਰ ਹੋਇਆ ਦਾਸ ਆਪਣੇ ਪਰਿਵਾਰ ਨੂੰ ਤੇਰੇ ਤੇ ਕਰਵਾਉਣਾ ਠੀਕ, ਲੇਕਿਨ ਜੇ ਤੁਹਾਡਾ ਕਸੂਰ ਹੋਇਆ ਤੁਸੀਂ ਗੁਰੂ ਰਾਮਦਾਸ ਦੀ ਯਾਦ ਰੱਖਿਓ, ਉੱਥੇ ਹਰ ਨਹੀਂ, ਢੱਡਰੀ ਵਾਲੇ ਨੂੰ ਇੱਕ ਵਾਰ ਬੁਲਾਇਆ, ਟੱਟੀਆਂ ਲੱਗੀਆਂ ਵੀ ਆ ਉਹਨੂੰ, ਢੱਡਰੀ ਵਾਲੇ ਨੂੰ ਸਿੰਘ ਸਾਹਿਬ ਨੇ ਬੁਲਾਇਆ, ਦਰਬਾਰ ਸਾਹਿਬ ਆ ਜਾ ਬਾਈ, ਆਪਣਾ ਹਿਸਾਬ ਤਾਬ ਕਰ, ਇੱਥੇ ਆ ਕੇ ਪਤਾ ਲੱਗੇ ਤੇਰਾ ਵੀ ਹਿਸਾਬ ਤਾਬ। ਢੱਡਰੀਆਂ ਨਾ ਅਜੇ ਤੱਕ ਨਹੀਂ ਆ ਰਿਹਾ ਹੈਗਾ, ਉਹਨੂੰ ਅਕਾਲ ਤਖ਼ਤ, ਉਹ ਅਕਾਲ ਤਖ਼ਤ ਨੂੰ ਐਂ ਸਮਝ, ਇੱਕ ਬਿਲਡਿੰਗ ਆ, ਉੱਥੇ ਤੇ ਜਿਹੜਾ ਬੰਦਾ ਬੈਠਾ ਉਹ ਕਿਸੇ ਬਾਦਲਾਂ ਦੇ ਬਸ਼ੱਕ ਦੀ ਲਿਫਾਫੇ 'ਚ ਨਿਕਲਿਆ ਹੋਵੇ, ਪਰ ਉਹਦੀ ਗੱਲ ਸੱਚੀ ਆ। ਮੈਂ ਇਹ ਹੋ ਸਕਦਾ ਵੀ ਉਹ ਇਨਸਾਨ ਕਿਸੇ ਨੇ ਬਣਾਇਆ ਹੋਵੇ, ਕਿਸੇ ਪੋਲੀਟੀਸ਼ੀਅਨ ਨੇ ਬਣਾਇਆ ਹੋਵੇ, ਪਰ ਉਹਦੇ ਸਿਧਾਂਤਕ ਤੌਰ 'ਤੇ ਜੀਵਨ ਤਾਂ ਦੇਖੋ ਉਹਦਾ, ਕਿੱਥੇ ਇਹਦਾ ਜੀਵਨ ਟਰੱਕ ਡਰਾਈਵਰਾਂ ਵਾਂਗ ਬੈਠਾ ਰਹਿੰਦਾ ਟਰਾਲੇ 'ਤੇ, ਉੱਥੇ ਪਾ ਕੇ ਡੱਬੀਆਂ ਵਾਲਾ, ਉਹ ਸਾਦਾ ਜੀਵਨ ਹੈ ਪੁਰਸ਼ ਦਾ ਯਾਰ, ਸੰਤ ਬੰਦਾ ਇਹ, ਮੈਨੂੰ ਤਾਂ ਇਹਦੇ ਸਾਧੂ ਨਜ਼ਰ ਆਉਂਦਾ ਨਹੀਂ। ਇੱਥੇ ਬਾਬਾ ਜਨਕਦਾਸ ਜੀ ਹੋਏ ਨੇ, ਜਨਕਦਾਸ ਜੀ ਹੋਏ ਨੇ, ਬਾਬਾ ਬੀਰਮਦਾਸ ਜੀ ਹੋਏ ਨੇ, ਬਾਬਾ ਪੂਰਨਦਾਸ ਜੀ ਹੋਏ ਨੇ, ਬਦੌ ਸ਼ੇਖੂਪੁਰ ਵਾਲੇ, ਉਹ ਸਾਧੂ ਨੇ ਜਿਹੜੇ, ਉਹ ਜਿਹੜੇ ਸਾਧੂ ਨੇ, ਹਾਂਜੀ ਉਹਨਾਂ ਨੇ ਕਿਹਾ ਅੰਮ੍ਰਿਤ ਛਕੇ ਤਾਂ ਉਹ ਸਾਧੂ ਤੇ ਅਵਸਥਾ ਤੀ ਉਹਨਾਂ ਦੀ, ਮੈਨੂੰ ਤੁਹਾਡੇ ਵਿੱਚ ਉਹ ਬਾਬਾ ਸ਼੍ਰੀ ਚੰਦ ਦੀ ਖੇਡ ਨਜ਼ਰ ਆਉਂਦੀ ਆ ਵੀ ਤੁਹਾਨੂੰ ਜਿਹੜੀ ਇਹ ਸੇਵਾ ਤੁਹਾਨੂੰ ਕੋਈ ਇਨਸਾਨ ਨਹੀਂ ਕਰਾ ਰਿਹਾ, ਗੁਰੂ ਸਾਹਿਬ ਆਪ ਕਰਵਾ ਰਹੇ ਨੇ, ਤੁਸੀਂ ਇਹ ਸੇਵਾ ਨਹੀਂ ਛੱਡਣੀ। ਨਹੀਂ ਬਾਬਾ ਜੀ ਨਹੀਂ ਛੱਡਣਾ, ਸਾਡੀ ਜਾਨ ਤੁਹਾਡੇ ਵਾਸਤੇ, ਮੇਰੀਆਂ ਦੋ ਕਿਡਨੀਆਂ ਲੈ ਲਓ ਬਾਬਾ ਜੀ, ਇੱਦਾਂ ਨਾ, ਠੀਕ ਹੈ, ਕੋਈ ਇਹੋ ਜਿਹੀ ਗੱਲ ਨਹੀਂ, ਤੁਸੀਂ ਕਦੇ ਇਹ ਨਹੀਂ ਦੇਖਣਾ ਗਾ ਵੀ ਮੈਂ ਇਹ ਨਹੀਂ, ਇਹ ਜੇ ਲੋਕ ਛਿੱਤਰਾਂ ਦੇ ਯਾਰ ਹੁੰਦੇ ਨੇ, ਪਰ ਅਸੀਂ ਆਪਣੀ ਜਵਾਨ ਹਰ ਵਾਰ ਨਹੀਂ ਗੰਦੀ ਕਰਨੀ, ਪਰ ਜਿਹੜਾ ਬੰਦਾ ਜ਼ਿਆਦਾ ਚੌਂਕ ਟੌਂਕ ਕਰਦਾ ਨਾ ਉਹਨੂੰ ਬੰਦਾ ਜ਼ਰੂਰ ਬਣਾਉਣਾ।
ठीक है, लेकिन किसी नु माड़ा नहीं कहिंदा, ना मेरे दिल दे विच किसी लई गुस्सा गिला वा, ना मैं किसी नु माड़ा चंगा क्या, तुसी पिछे जाके सारा मेरा देख लियो, ना मैं कदे कदे किसी खिलाफ कोई पोस्ट पाई है, असीं देख के ही आए हैं घर, एवें नहीं असीं घर आ गए उठ के, एवें कदे कदे मैं किसी नु माड़ा चंगा कहना, मैनूं आए दसो असीं देख के आए हैं, आपां ने गवाही किसी बंदे नु नहीं देनी, गवाही देनी आ साडी अकाल पुरख ने, संसार से कदों चले जाना भाई साहब, वह आ उन्होंने धियां नूं पुछ के देखो जिन्हां ने तुसीं हंझू पूंजे आ, उह धी दे बाप नूं पुछ के देखो कि ना तुहानूं कौन प्यारा, वह प्यारे ने कि वह भौंकण वाले कुत्ते देखो भाऊ 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 करी जांदे ने बैठे इत्थे, इन्हां नूं समझा दो, तुहानूं कोई भी नहीं, मैं दोबारा फिर इस माध्यम राहीं मामी जी आप जी ने चरणां च मेरी अगेन आप जी नूं बेनती है, तुसीं साडी मां माँ हो, मैं तुहाडे चरणां दे विच बेनती करना, तुसी इन्हां दे मामी हो मेरी माँ हो, इन्हां दी दो बार माँ हो मेरी एक माँ हो, मैं आप जी नूं बेनती करना गोल्डी वो तुहानूं घर देण नूं, जिहड़े तुसी रौला पाउंदे ना लोकां दे विच, तुसी उहनां नूं घर देण नूं तैयार आ, तुसी सवेरे चलो आ जाओ जी, तुसी सवेरे सवेरे चलो ठीक, लेकिन ऐदा अपने पुत दा गलत गल बहुत गलत गल है, मेरी माँ बिना मतबल तो ऐदा ना करीदा हुंदा, ओ, मां तां जीवन दिंदी हुंदी आ, मामियां तां अपणियां पुत्तां नूं ऐदां दिंदियां मक्खण खलाउंदियां ने पेड़े खलाउंदियां ने, तुसीं इहो जिहा शब्द वरतदे हां, साल डेढ़ साल पहलां वी इही मुद्दा सी सेम ही दस हैं, ते उदों वी देखो जे हुण जिहड़ियां कोर्ट बणियां अदालतां बणियां आपां इहनां तां किते वड्डे हो गए आ, नहीं वड्डे हो, जे तो जे डेढ़ साल पहलां वी इही मुद्दा सी ते उदों तुसीं कोर्टां दे विच जाओ, इह थोड़ी ना कि बैठ के किसे दी बदनामी करो, नहीं बिल्कुल ठीक है, जे किते किते भी मेरे कुते सैन आ किते मेरा नाम आ तो मैनूं उत्थे थल्ले नीवे था बाबा जी बिठा दिओ, मैं कहना जी मामी जी मैनूं नहीं पता रब जानदा, हद कर तुसीं अपने तुसीं अपने पुत दी सौं खा के कह दो, हां लै मामी इक गल छड यार, तुसीं अपने पुत दी सौं खा लो, हां सिर ते हथ रख के कह दो धक्के मार के, मैं इह धक्के मार के कढ़िया तुहाडी जुत्ती ते मेरा सिर, बिल्कुल ठीक है जी बाबा जी, मैं तुहाडे पैरां च बह जाऊं उदां ही, अपने पुत दे सिर ते आके कह दे नहीं मैं कहण नूं तैयार हाँ, अहीआं गल्लां ना कर मां, मेरी माँ है तू, असीं गुरु साहब नूं मूंह दिखाउणा है, इह संसार विच इत्थी छड जाणे घर बार सारे खुद ही नाल जाणा, ਉਹ ਜਾਣਾ ਤਾਂ ਤੁਹਾਡੇ ਉਸ ਸੇਵਾ ਤੇ ਉਸ ਬੰਦਗੀ ਨੇ, ਇਹ ਨਹੀਂ ਵੀ ਥੋੜੇ ਜਿਹੇ ਕਿਸੇ ਨੇ ਪੈਸੇ ਦੇ ਦਿੱਤੇ ਤੇ ਕਿਸੇ ਦੇ ਖਿਲਾਫ ਉਲਟ ਬੋਲ, ਨਹੀਂ 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 ਫਿਰ ਵੀ ਉਹਨੂੰ ਉਹੀ ਆ, ਅੱਜ ਤੇ ਬਾਅਦ ਜੇ ਤਾਂ ਬੋਲਣਾ ਹੋਇਆ ਆਪਣੇ ਪੁੱਤ ਦੇ ਸਿਰ ਤੇ ਹੱਥ ਰੱਖ ਕੇ ਬੋਲਦੀ ਬਸ, ਉਹਤੇ ਬਾਅਦ ਤੂੰ ਜੋ ਕਿਹਾ ਉਹ ਅਸੀਂ ਸੱਚ ਮੰਨ ਲੂ, ਸੱਚ ਮੰਨ ਲਾਂਗੇ, ਠੀਕ ਆ ਜੀ ਗੱਲ, ਠੀਕ ਆ ਬਾਬਾ, ਲੇਕਿਨ ਅੱਜ ਤੇ ਬਾਅਦ ਮੇਰੀ ਇਹੀ ਆਪ ਜੀ ਨੂੰ ਬੇਨਤੀ ਆ, ਸਾਧ ਸੰਗਤ ਜੀ ਜਿਹੜੇ ਤੁਹਾਡੇ ਫੋਲੋਵਰਸ ਨੇ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਜਿਹੜੇ ਤੁਹਾਨੂੰ ਸੇਵਾਵਾਂ ਭੇਜਦੇ ਨੇ, ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ, ਸਾਨੂੰ ਇਹਦੇ ਨਾਲ ਦਿਲੋਂ ਪਿਆਰ ਆ, ਮੈਨੂੰ ਇਹਦੇ ਨਾਲ ਦਿਲੋਂ ਪਿਆਰ ਆ, ਜਦ ਤੁਸੀਂ ਕਹੋਗੇ ਮੈਂ ਤੁਹਾਡੇ ਕਰਕੇ ਖੂਹ 'ਚ ਛਾਲ ਮਾਰਨ ਤਿਆਰ ਹਾਂ, ਨਹੀਂ ਪਰ ਇੱਦਾਂ ਦੀ ਗੱਲ ਨਹੀਂ, ਤੁਸੀਂ ਸੇਵਾ ਜਿਹੜੇ ਕਹਿੰਦੇ ਵੀ ਸੇਵਾ ਨਹੀਂ ਛੱਡਣੀ, ਜਿਵੇਂ ਪੁਨੀਤ ਨੇ ਆਪਣਾ ਸਾਰਿਆਂ ਨੂੰ ਦੱਸਤਾ ਵੀ ਆਹ ਮੇਰਾ ਕੌੜਾ ਜੀ ਆਹ ਕੁਛ, ਬਾਈ ਸਾਹਿਬ ਜੀ ਮੈਨੂੰ ਗੱਲ ਮੰਨਣਾ ਹੀ ਆਉਣਾ, ਅੱਜ ਉਹਨੇ ਆ ਗਿਆ ਕੱਲ੍ਹ ਨੂੰ ਹੋਰ ਬੂਥਾ ਚੱਕ ਕੇ ਆਜੂ, ਪਰਸੋਂ ਹੋਰ ਆਜੂਗਾ, ਇਹ ਤਾਂ ਅਸੀਂ ਕੰਮ ਜੋਗੇ ਰਹਿ ਜਾਣਾ, ਤੁਹਾਨੂੰ ਸਾਬਤਾ ਦੇਣਾ ਗੁਰੂ ਸਾਹਿਬ ਨੂੰ, ਇੱਥੇ ਬਾਹਲੇ ਸੰਸਾਰ ਵਿੱਚ ਕੋਈ ਨਹੀਂ ਰਿਹਾ ਹੈਗਾ, ਅਖੀਰ ਜਾਣਾ ਹੀ ਪੈਂਦਾ, ਜਾਣਾ ਪੈਂਦਾ, ਜਦੋਂ ਚਲੇ ਗਏ ਫਿਰ ਆਪੇ ਆ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਇਹ ਗੱਲ ਯਾਦ ਰੱਖਿਓ, ਉੱਥੇ ਅਮਲਾਂ ਦੇ ਕੰਮ ਆਉਣਾ, ਇਹ ਭਗੇਲੇ ਛਗੇਲੇ ਜਿਹੜੇ ਸਾਡੇ ਇੱਥੇ ਨਾ ਉਹ ਪੈਦਾ ਹੋਏ ਪਏ ਨਾ ਭਗੇਲੇ ਛਗੇਲੇ ਜੇ ਮਸੰਦ ਨੇ, ਇਹ ਉਹ ਸਾਡੇ ਇੱਥੇ ਸਾਡੀ ਕੌਮ 'ਚ ਪੈਦਾ ਹੋਏ ਹੋਏ ਨੇ, ਇਹ ਜਿਹੜੇ ਸਾਡੀ ਹੀ ਕੌਮ ਦੀਆਂ ਜੱਖਣਾਂ ਵੱਢਣ ਨੂੰ ਹੋਏ ਵੇ ਨੇ, ਅੱਜ ਕੱਲ੍ਹ ਤਾਂ ਇਹੋ ਜਿਹਾ ਭਾਈ ਸਾਹਿਬ ਇਹਨਾਂ ਦਾ ਕਿਆ ਕਸੂਰ ਕਰੀਏ, ਜਿਹੜੇ ਚੰਗੇ ਚੰਗੇ ਵਿਦਵਾਨ ਆਪਣੇ ਆਪ ਨੂੰ ਜਿੱਥੇ ਲੱਖਾਂ ਦਾ ਇਕੱਠ ਸੀ, ਅੱਜ ਤਾਂ ਉਹ ਅਕਾਲ ਤਖ਼ਤ ਨੂੰ ਚੈਲੰਜ ਕਰਦੇ ਨੇ ਕਿ ਅਕਾਲ ਤਖ਼ਤ ਅਸੀਂ ਵੱਡੇ ਹੋ ਗਏ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਨਹੀਂ ਹਾਂ, ਉੱਥੇ ਜਿਹੜਾ ਵੀ ਹੋਊਗਾ ਸਾਡਾ ਨਮਸਕਾਰ ਉਹਦੇ ਚਰਨਾਂ ਵਿੱਚ ਰਹੇਗੀ ਜੀ, ਜੇ ਅੱਜ ਵੀ ਅਕਾਲ ਤਖ਼ਤ ਸਾਨੂੰ ਕਹਿ ਦੇਵੇ ਵੀ ਤੁਸੀਂ ਅੱਜ ਤੋਂ ਬਾਅਦ ਇਹੋ ਜਿਹਾ ਕੋਈ ਕੰਮ ਨਹੀਂ, ਦਾਸ ਸਾਰਾ ਸੰਸਾਰ ਹੈ ਤਿਆਗਣ ਨੂੰ ਤਿਆਰ ਹੈ ਯਾਰ, ਉੱਥੇ ਦੇ ਵਾਸਤੇ ਉਹ ਅਕਾਲ ਤਖ਼ਤ, ਅਕਾਲ ਤਖ਼ਤ ਇੱਕ ਬਿਲਡਿੰਗ ਬਣਾ ਕੇ ਰੱਖਤੀ ਇਹਨੇ ਢੱਡਰੀਆਂ ਵਾਲਿਆਂ ਨੇ, ਲੋਕਾਂ ਨੂੰ ਜੋੜਨਾ ਦਾ ਕਿਹਾ ਸੀ ਆਪਣੀ ਨਿੱਜੀ ਰਸ਼ਨਸ਼ ਵਾਸਤੇ, ਕਿੰਨੇ ਲੋਕਾਂ ਨੂੰ ਬਦਨਾਮ, ਅਕਾਲ ਤਖ਼ਤ ਨੂੰ ਬਦਨਾਮ ਕਰਤਾ, ਗੁਰ ਇਤਿਹਾਸ ਨੂੰ ਬਦਨਾਮ ਕਰਤਾ, ਭਾਈ ਸਾਹਿਬ ਜੀ ਗੁਰ ਇਤਿਹਾਸ ਨੂੰ ਬਦਨਾਮ ਕਰਤਾ, ਕਿੱਥੇ ਢੱਡਰੀਆਂ ਵਾਲੇ ਨੇ, ਉਹ ਗੁਰੂ ਦੇ ਸਿੱਖ ਨਹੀਂ ਛੱਡੇ, ਤੁਸੀਂ ਤਾਂ ਭਾਅ ਜੀ ਕਿਹੜੇ ਬਾਗ ਦੀ ਮੂਲੀ ਹੋ, ਇਹ ਉਹ ਲੋਕ ਨੇ ਜਿਹੜੇ ਸਾਡੇ ਸਿੱਖਾਂ ਦੇ
ਜਿਹੜੇ ਸਾਡੇ ਸੇਵਾ ਨੇ ਸਾਡੇ ਅਕਸ ਨੂੰ ਖਰਾਬ ਕਰਨ ਵਾਸਤੇ ਲੱਗੇ ਹੋਏ ਨੇ। ਮੈਂ ਇਸ ਮਾਧਿਅਮ ਦੇ ਰਾਹੀਂ ਇਹੀ ਕਹੂੰਗਾ ਭਾਈ ਸਾਹਿਬ ਜੀ, ਮੈਨੂੰ ਤੁਸੀਂ ਜਦੋਂ ਵੀ ਕਹੋਗੇ, ਹੈ ਨਾ ਬਾਬਾ ਜੀ, ਕੋਈ ਇਹੋ ਜਿਹੀ ਗੱਲੇ ਨਹੀਂ ਹੈਗੀ। ਵਾਹਿਗੁਰੂ। ਠੀਕ ਹੈ, ਸਾਡਾ ਆਪਣਾ ਘਰ ਹੈ ਇਹ, ਅਸੀਂ ਇੱਥੇ ਅੱਧੀ ਰਾਤ ਆਈਏ, ਹਾਂ ਜਦੋਂ ਮਰਜ਼ੀ ਜਦ ਮਰਜ਼ੀ ਆਈਏ, ਵੈਲਕਮ ਵੈਲਕਮ। ਠੀਕ ਹੈ, ਸਾਡੀ ਮਾਂ ਨੂੰ ਇਹ ਗੱਲ ਨਹੀਂ ਕਹਿਣੀ ਹੈਗੀ, ਸਾਡੀ ਮਾਂ ਹੈ, ਸਾਡੀ ਭੈਣ ਆ, ਕੋਈ ਟੈਨਸ਼ਨ ਵਾਲੀ ਕਹਾਣੀ ਨਹੀਂ ਹੈਗੀ। ਠੀਕ ਹੈ, ਕੋਈ ਨਾ, ਜਿਹੜੀ ਮਾਮੀ ਜੀ ਦੀ ਗੱਲ ਆ, ਮਾਮੀ ਜੀ ਦੁਬਾਰਾ ਕਹਿ ਦੇਵਾਂ, ਮਾਮੀ ਜੀ ਨੇ ਆਪਣੇ ਬੱਚਿਆਂ ਦੇ ਸਿਰ ਤੇ ਜਾਣਾ ਜੀ, ਜਾਵਾਂਗੇ ਬਾਬਾ ਜੀ 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 ਜੀ, ਆਪਾਂ ਮਾਮੀ ਨੂੰ ਕਹਿਣਾ ਤੂੰ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਕਹਿ ਦੇ ਆਪਾਂ ਲਾਈਵ ਹੋ ਜਾਵਾਂਗੇ, ਲਾਈਵ ਹੋ ਜਾਵਾਂਗੇ। ਠੀਕ ਹੈ ਗੱਲ, ਨਹੀਂ ਅਸੀਂ ਰੱਖ ਲੈਂਦੇ ਹਾਂ, ਨਹੀਂ ਤਾਂ ਅਸੀਂ ਰੱਖ ਲੈਂਦੇ, ਇਹ ਨਹੀਂ ਗੱਲ, ਇਹ ਨਹੀਂ ਹੈਗੀ ਬਦਨਾਮੀ। ਦੂਸਰਾ, ਕੋਈ ਤੁਸੀਂ ਕਿਸੇ ਨੂੰ ਪੇਪਰ ਦੇਣ ਦੀ ਲੋੜ ਨਹੀਂ, ਕਿਸੇ ਨੂੰ ਹਿਸਾਬ ਦੱਸਣ ਦੀ ਲੋੜ ਨਹੀਂ, ਹਿਸਾਬ ਜੀ ਨੂੰ ਦੇਣਾ ਉਹ ਸਾਰਾ ਬੰਡਲ ਤੁਸੀਂ ਜਾ ਕੇ ਕਹਿ ਦੋ ਵੀ ਦਰਬਾਰ ਸਾਹਿਬ ਆ ਜਾਓ। ਮੰਨਦੇ ਨਹੀਂ ਬਾਬਾ ਜੀ, ਬਾਬਾ ਜੀ ਆਪਾਂ ਨੇ ਮਨਾਉਣਾ ਨਹੀਂ ਕਿਸੇ ਨੂੰ, ਆਏ ਮਨਾਉਣ ਵਾਸਤੇ ਥੋੜੀ ਚੱਲੇ, ਉਹਨਾਂ ਨੂੰ ਖੱਚਰਾਂ ਨੂੰ ਥੋੜੀ ਮਿਲਾਉਣਾ, ਗਧਿਆਂ ਨੂੰ ਥੋੜੀ ਮਨਾਉਣਾ, ਆਪਾਂ ਨੇ ਜਿਹੜੇ ਗੁਰੂ ਦਾ ਸਤਿਕਾਰ ਕਰਦੇ ਨੇ ਉਹਨਾਂ ਨੂੰ ਘਰ ਨਹੀਂ ਦੇਖਦੇ, ਘਰ ਜਿਹੜੇ 60-70 ਬਣ ਗਏ ਉਹ ਨਹੀਂ ਦੇਖਦੇ ਹੈਗੇ, ਭਾਈ ਸਾਹਿਬ ਉਹ ਕਿੱਦਾਂ ਬਣ ਗਏ, ਜੇ ਸੰਗਤ ਨੇ ਸੇਵਾ ਕੀਤੀ ਤਾਂ ਹੀ ਉਹ ਬਣ ਗਏ ਐਵੇਂ। ਭਾਈ ਸਾਹਿਬ ਆਪਾਂ ਨੇ ਕਿਸੇ ਨੂੰ ਸਫਾਈ ਨਹੀਂ ਦੇਣੀ, ਤੁਸੀਂ ਕਿਸੇ ਨੂੰ ਸਫਾਈ ਨਹੀਂ ਦੇਣੀ, ਤੁਸੀਂ ਸਫਾਈ ਦੇਣੀ ਹੈ ਤਾਂ ਗੁਰੂ ਸਾਹਿਬ ਨੂੰ ਦੇਣੀ ਆ। ਤੁਸੀਂ ਜੇ ਪੇਸ਼ ਹੋਣਾ ਨਾ, ਤੁਸੀਂ ਗੁਰੂ ਸਾਹਿਬ ਦੇ ਆਹ ਗਲ ਵਿੱਚ ਪੱਲਾ ਪਾ ਕੇ ਪੇਸ਼ ਹੋ ਜਾਣਾ, ਮਹਾਰਾਜ ਮੈਂ ਤੇਰਾ ਬੱਚਾ, ਮੈਂ ਤੇਰਾ ਪੋਤਾ, ਮੈਂ ਕਿਸੇ ਦਾ ਮਾੜਾ ਨਹੀਂ ਕਰਿਆ ਜੀ, ਮੈਂ ਕਿਸੇ ਦਾ ਮਾੜਾ ਨਹੀਂ ਕਰਿਆ, ਨਾ ਹੀ ਮੈਂ ਤੇ ਜ਼ਿੰਦਗੀ 'ਚ ਕਦੇ ਮਾੜਾ ਕਰਵਾਵੀ ਜੀ, ਮੈਂ ਮਾੜਾ ਕਰਾਵੀ। ਜਿਹਨਾਂ ਨੇ ਮੇਰੇ 'ਤੇ ਕਿੱਚੜ ਸਿੱਟਿਆ ਜੀ, ਉਹਨਾਂ ਨੂੰ ਵੀ ਤੂੰ ਦੇਖਣਾ, ਜੇ ਮੈਂ ਤੇਰਾ ਕੁਛ ਮਾੜਾ ਕਰਿਆ ਹੋਵੇ, ਮੇਰੇ ਮਨ 'ਚ ਕਿਤੇ ਬੇਈਮਾਨ ਹੋਵੇ, ਮੈਨੂੰ ਵੀ ਤੂੰ ਹੀ ਦੇਖਣਾ। ਤੇਰੇ ਤਾਂ ਕੋਈ ਵੀ ਓਹਲੇ ਨਹੀਂ ਆਇਆ, ਗੁਰੂ ਸਾਹਿਬ 'ਤੇ ਕੌਣ ਓਹਲੇ ਆ, ਗੁਰੂ 'ਤੇ ਵੱਡੇ ਹੋ ਗਏ ਹੋ, ਕਿਆ ਤੁਸੀਂ ਗੁਰੂ ਸਾਹਿਬ 'ਤੇ ਵੱਡੇ ਹੋ, ਕਿਆ ਤੁਸੀਂ ਅਕਾਲ ਤਖ਼ਤ ਸਾਹਿਬ 'ਤੇ ਵੱਡੇ ਹੋ, ਕਿਆ ਤੁਸੀਂ ਗੁਰੂ ਹਰਗੋਬਿੰਦ ਸਾਹਿਬ 'ਤੇ ਵੱਡੇ ਹੋ, ਇਹ ਸ਼ਕੇਲੇ ਤੇਰੀ ਕਾ ਤਾਂ ਇੰਦੀ ਛਿੰਦੀ ਫਿੰਦੀ, ਤੁਸੀਂ ਕਿਸੇ ਗੁਰੂ ਤੋਂ ਵੱਡੇ ਨਹੀਂ ਹੈ, ਇਹ ਆਪਣੇ ਪਰਿਵਾਰ ਦੇ ਨਾਲ ਗੁਰੂ ਸਾਹਿਬ ਦੇ ਅੰਗ ਸੰਗ ਹੋਣ ਨੂੰ ਤਿਆਰ ਆ ਜੀ, ਬਿਲਕੁਲ, ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਆ ਜਾਓ। ਪਰ ਇੱਕ ਗੱਲ ਹੋਰ ਆਪ ਜੀ ਨੂੰ ਮੈਂ ਕਹਾਂਗਾ ਜੀ, ਜਿਹੜੇ ਬਾਹਰ ਦੇ ਸਿਟੀਜ਼ਨ ਨੇ ਜੀ, ਉਹ ਉਸ ਦੇਸ਼ ਦੇ ਪੱਕੇ ਵਸਨੀਕ ਨੇ ਜੀ, PR ਨਹੀਂ ਹੈਗੇ ਉਹ, ਪਰਮਾਨੈਂਟ ਰੈਜੀਡੈਂਸ ਨਹੀਂ, ਸਿਟੀਜ਼ਨ ਨੇ ਜੀ, ਫੋਰਨਰ ਅਸੀਂ ਕਹਿੰਦੇ, ਜਿਹੜੇ ਵਿਦੇਸ਼ੀ ਹੁੰਦੇ ਨੇ ਜੀ, ਉਹ ਵਿਦੇਸ਼ੀ ਲੋਕ ਨੇ, ਉਹ ਕੌਣ ਨੇ, ਵਿਦੇਸ਼ੀ ਲੋਕ ਨੇ, ਜਿਨ੍ਹਾਂ ਦੇ ਰਗਾਂ ਦੇ ਵਿੱਚ ਹੁਣ ਅੰਗਰੇਜ਼ਾਂ ਦਾ ਖੂਨ ਆ ਗਿਆ, ਜਿਨ੍ਹਾਂ ਦੇ ਰਗਾਂ 'ਚ ਅੰਗਰੇਜ਼ਾਂ ਦਾ ਖੂਨ ਆ ਗਿਆ, ਉਹ ਤੁਹਾਤੇ ਹਿਸਾਬ ਮੰਗਦੇ ਨੇ। ਜਿਹੜਾ ਸਾਡਾ ਖੂਨ ਆ, ਜਿਹਦੇ ਅਸੀਂ, ਜਿਹੜੇ ਸਾਡੇ ਭੈਣ ਭਾਈ ਨੇ, ਜਿਹੜੇ ਕਲਗੀਆਂ ਵਾਲੇ ਨੂੰ ਮੰਨਣ ਵਾਲੇ, ਉਹ ਤਾਂ ਤੁਹਾਨੂੰ ਅੱਜ ਵੀ ਪਿਆਰ ਕਰਦੇ, ਸੇਵਾ ਵੀ ਚੱਲੂਗੀ ਏਦਾਂ ਹੀ। ਤੁਸੀਂ ਉਹ ਕਹਿੰਦੇ ਨੀ, ਉਹ ਕਹਿੰਦੇ ਗੋਲਡੀ ਚੱਲੀ ਜਾਓ ਤਾਂ ਮੈਨੂੰ, ਹੁਣ ਮੈਂ ਕਿਉਂ ਚੁੱਪ ਆ, ਮੈਨੂੰ ਲੋਕ ਕਹੀ ਜਾਂਦੇ ਤੂੰ ਗੋਲਡੀ ਚੋਪਾ ਚੋਪਾ ਵੀ ਤੂੰ ਗਲਤਾਂ ਚੁੱਪ, ਉਹ ਮੈਂ ਗਲਤ ਨਹੀਂ ਹੈਗਾ ਭਰਾ, ਉਹ ਪਹਿਲੀ ਗੱਲ ਤੇ ਮੇਰੀ ਆਹ ਸੁਣ ਲਓ ਸਾਰੇ ਸਾਰੀ ਜੀ, ਸਾਡੇ ਜਿਹੜੇ ਹੁਣ ਇੱਕ ਸਾਈਡ ਤੇ ਮੇਰੇ ਸਾਡੇ ਜਿਹੜੇ ਸਪੋਰਟਰ ਨੇ ਜੀ, ਜਿਹੜੇ ਸਾਡੀ ਸੇਵਾ ਕਰਦੇ, ਉਹ ਕਹਿੰਦੇ ਖਬਰਦਾਰ ਜੇ ਤੂੰ ਕਿਸੇ ਨੂੰ ਕੁਛ ਦਿੱਤਾ ਹਿਸਾਬ ਦਿੱਤਾ, ਫਿਰ ਮੈਂ ਉਧਰ ਦੇਖਾਂ ਸੇਵਾ ਦੇਖਾਂ, ਉਲਝ ਗਿਆ ਸੰਗਤ ਜੀ। ਸੰਗਤ ਜੀ ਤੁਸੀਂ ਸਾਰੇ ਮੇਰੇ ਵੱਡੇ ਹੋ, ਆਹ ਤੇ ਸੰਗਤ ਕਹਿੰਦੇ ਗੁਰੂ 20 ਵਿਸਵੇ ਸੰਗਤ 21 ਵਿਸਵੇ, ਵੀ ਸੰਗਤ ਵੱਡੀ ਹੁੰਦੀ ਹੈ, ਗੁਰੂ ਨਾਲ ਸੰਗਤ ਨੂੰ ਵਡਿਆਈ ਦਿੱਤੀ ਆ, ਪਰ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ। ਜਿਹੜੇ ਅਕਾਲ ਪੁਰਖ ਨੂੰ ਮੰਨਣ ਵਾਲੇ ਆ, ਮੈਂ ਉਹਨਾਂ ਦੀ ਗੱਲ ਕਰਦਾ। ਸੰਗਤ ਜੀ ਮੈਨੂੰ ਇੱਕ ਗੱਲ ਦੱਸੋ, ਭਾਈ ਸਾਹਿਬ ਜੀ ਅੱਜ ਤੁਸੀਂ ਮੈਨੂੰ ਹਿਸਾਬ ਦੇ ਤਾ ਜੀ, ਕੱਲ੍ਹ ਨੂੰ ਇੱਥੇ ਕੋਈ ਹੋਰ ਆ ਕੇ ਮੰਗਣ ਲੱਗ ਜਾਓ, ਫਿਰ ਤੁਹਾਨੂੰ 15-20 ਬੰਦੇ ਇਸੇ ਕੰਮ ਵਾਸਤੇ ਰੱਖਣੇ ਪੈਣੇ, ਇੱਕ ਸੋਧਾ ਕੇਂਦਰ ਬਣਾਉਣਾ ਪੈਣਾ, ਵੀ ਜਿਹਨੇ ਪ੍ਰੀਤ ਦਾ ਹਿਸਾਬ ਲੈਣਾ ਉੱਥੇ ਜਾ ਕੇ ਐਪਲੀਕੇਸ਼ਨ ਲੈ ਲਓ, ਹਿਸਾਬ ਲੈ ਲਓ, ਫਿਰ ਤਾਂ ਇਹ ਕੰਮ ਹੋ ਜਾਣਾ। ਤੁਸੀਂ ਆਪਣਾ ਅੱਖਾਂ ਮੁੰਦ ਕੇ, ਕੰਨ ਮੁੰਦ ਕੇ, ਆਪਣੇ ਕਲਗੀਧਰ ਪਾਤਸ਼ਾਹ ਨੂੰ ਧਿਆ ਕੇ, ਉਹ ਬਾਬਾ ਜੈਤਾ ਜੀ, ਬਾਬਾ ਗੁਰ ਰੰਗ ਰੇਟਾ ਗੁਰੂ ਕਾ ਬੇਟਾ, ਬਾਬਾ ਸ਼੍ਰੀ ਚੰਦ ਜੀ ਨੂੰ ਮੰਨ ਕੇ ਤੁਸੀਂ ਆਪਣਾ ਸੇਵਾ 'ਚ ਚੱਲੇ ਰਹਿਣਾ। ਠੀਕ ਹੈ ਬਾਈ, ਤੁਸੀਂ ਕਿਸੇ ਦੇ ਪਿੱਛੇ ਨਹੀਂ ਦੇਖਣੀ ਹੈਗੀ, ਤੁਸੀਂ ਕੋਈ ਪਰਵਾਹ ਨਹੀਂ ਮੰਨਣੀ ਜੀ। ਪਰ ਇਹ ਜਿਹੜੇ ਲੋਕ ਨੇ, ਇਹ ਬੜੇ ਘਟੀਆ ਕਿਸਮ ਦੇ ਲੋਕ ਆਊਂਗਾ ਮੈਂ ਇਹਨਾਂ ਨੂੰ, ਡੈਂਜਰਸ ਨਹੀਂ, ਘਟੀਆ ਕਿਸਮ ਦੇ ਲੋਕ ਆ। ਤੁਸੀਂ ਆਪਣੇ ਆਪ ਨੂੰ ਇਹਨਾਂ ਲੋਕਾਂ 'ਤੇ ਸਿਕਿਓਰ ਵੀ ਰਹਿਣਾ, ਆਪਣੇ ਪ੍ਰਸ਼ਾਸਨ ਨੂੰ, ਆਪਣੇ ਡਿਪਾਰਟਮੈਂਟ ਨੂੰ, ਸਰਕਾਰ ਨੂੰ, ਇਹਨਾਂ ਦੇ ਅਗੇਂਸਟ ਇੱਕ ਐਪਲੀਕੇਸ਼ਨ ਫਾਈਲ ਕਰੋ ਜੀ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਕੋਈ ਵੀ ਨੁਕਸਾਨ ਹੁੰਦਾ, ਉਹ ਲੋਕ ਜ਼ਿੰਮੇਵਾਰ ਹੋਣਗੇ। ਜਿਹੜੇ ਉੱਥੇ ਬੈਠ ਕੇ ਨਹੀਂ ਟਿਕਦੇ, ਇਹ ਅੱਜ ਸਾਡੀ ਮਾਮੀਆਂ ਵਰਗੀ ਇੱਕ ਮਾਮੀ ਨੂੰ ਪੈਸੇ ਦੇ ਕੇ ਬੁਲਾ ਰਹੇ, ਕੱਲ੍ਹ ਨੂੰ ਪਤਾ ਨਹੀਂ ਕਿੰਨੀਆਂ ਮਾਮੀਆਂ ਹੋਰ ਪੈਸਿਆਂ ਦੇ ਲਾਲਚ ਵਿੱਚ ਆ ਜਾਣ ਜੀ। ਸੋ ਮੈਂ ਜੀ ਨੂੰ ਮਾਨਯੋਗ
जी नूं, कैप्टन अमरिंदर सिंह जी नूं, ते मैं डी जी पी श्री दिनकर गुप्ता जी नूं बेनती करदा हाँ कि आप जी इन्हां नूं इन्हां लोकां दे मूँह बंद करन वास्ते माफ़ करना, आप जी बहुत सत्कारयोग हो, पर इन्हां नूं बनदा माण जरूर दो। आप जी ने जो मैं जरूर कहूँगा भी बहुत मैनू प्रसन्नता हुई कि आप जी वालों माण मिलिया। मैं एक बेनती करना कि आप जी इन्हों सगों वो जोड़े देश के दे दुश्मन लोग ने जोड़े पुलिस प्रशासन के एंटी चले ने, देश के दे एंटी चले ने, साड़ी अखंडता भंग करते हैं, साढ़े पंजाब का माहौल खराब करते हैं, जोड़े पंजाब के यूथ न खराब करते हैं, जोड़े पुठे राहों पर लेके चलते हैं, उन्होंने सबक सिखाने वास्ते एक उन्होंने बरखिलाफ आप जी कार्रवाई करो जी। दूसरा मैं कहूँगा मेरा चाहे छोटा भाई बेशक दी मैंने तुसी जज्बाती हो के कह दो भी इहदे मोढ़िया दे मैं गुरु कलगीधर पातशाह दे चरणां च अरदास करदा, हे अकाल पुरख वाहिगुरु, हे निमाणे दे माणे दे ताणे दे ताणे ओटियां दी ओट ने आसरे दे आसरे सच्चे पिता महाराज तुहानू तरक्कियां नाल नवाजे यार, मैनू खुशी होगी वो थोड़े मोढ़े ते नहीं, वो मैनू आए लगा मेरे मोढ़े ते लग गए। तुसी किहे जे लोक ने, आ सवेरे सवेरे फोन आया मैनू तू दस कहना तू सिखा क्या ऑपरेशन करा ला अपनी अखां दा, अपनी माँ नू पुछ मैं क्यों आना, दिखा दे उन्हूं फोटो जे तैनू सारा साडे बारे नहीं पता। सवेरे कैलीफोर्निया तो फोन सी ओह मैनू पुछदा तुसी कौन आ, एक तो बंदा पुछ दिंदा कौन भी जात क्या ठीक है, मैं पुछ क्या उन्होंने बकायदा कहना तुहाडे वा गड्डी कित्थे ते आई फलाना कित्थे ते आया, मैं कह तैं मैनू रिश्ता करना मेरे ही वर्ड्स ते। दूसरी गल फिर पुछदा तुसी कौन आ, तुसी सिख है तू अन्ना है जे तैनू नहीं पता अपनी मां नूं पुछ ला, उह तां कहे जे हुंदे। मैं वह सिख हाँ जिहड़ा गुरु साहब किसे नूं दसण दी मैनू लोड़ नहीं है, ये बाणे नूं किसे नूं दसण दी लोड़ नहीं, ये शक अंदर खोता होवे पर बाणा तां मेरे बाप दा इह नहीं हैगा। शर्म कर अज ते बाद दोबारा अपनी जुरत ना करो आ फलंग फलंगल करने नूं, जिहड़े टीम ई जी बोली जांदे ना तुसीं वेले हो कोल इत्थे इंडिया वाले इन्हां दे फोन नहीं चकते, लोग रिश्तेदार इन्हां दे फोन नहीं चकते हैगे, क्यों गाए पे आ इन्हां नूं हुण मुद्दा चाहिए, बोली जांदे ने ਨਹੀਂ ਦੱਸਦੇ ਵੀ ਨਹੀਂ ਨਾ ਕੁਛ, ਜਾਂ ਤਾਂ ਦੱਸ ਦੇਣ ਵੀ ਮੇਰੇ ਤੋਂ ਕਿਸ ਗੱਲ ਦੀ ਤਕਲੀਫ ਆ, ਮੈਂ ਆਪਾਂ ਕੰਮ ਬੰਦ ਕਰ ਦੇਵਾਂਗੇ। ਕਿੰਨੀ ਤਕਲੀਫ ਹੁੰਦੀ ਹੈ ਬੰਦੇ ਨੂੰ ਛਿੱਤਰਾਂ ਦੀ, ਹਿਸਾਬ ਹਿਸਾਬ ਦੇ ਰਹੇ ਆ ਉਹ ਨਹੀਂ ਲੈਣਾ, ਜਿਹੜੀ ਭਾਈ ਸਾਹਿਬ ਉੱਥੇ ਦੀ ਪੁਲਿਸ ਆ ਉਹ ਛਿੱਤਰ ਨਹੀਂ ਮਾਰਦੀ, ਇੱਕੇ ਤਕਲੀਫ ਆ ਇੱਕੇ ਤਕਲੀਫ ਆ ਇਹਨਾਂ ਨੂੰ ਪੰਜਾਬ ਪੁਲਿਸ ਸਰਕਾਰਾਂ ਦੇ, ਇਹਦਾ ਜਦ ਧੱਕੇ ਚੜ੍ਹ ਕੇ ਜਾ ਰਹੇ ਤਾਂ ਫਿਰ ਪਤਾ ਲੱਗਣਾ ਇਹਨਾਂ ਨੂੰ, ਇੱਦਾਂ ਥੋੜ੍ਹੀ ਗੱਲ ਬਣਦੀ ਆ। ਇਸ ਗੱਲ ਕਰਕੇ ਇਹਨਾਂ ਨੂੰ ਇੱਕੇ ਤਕਲੀਫ ਆ, ਤੇਰੀ ਵਰਦੀ ਚੁਭਦੀ ਆ, ਜੇ ਚੋਲੇ 'ਚ ਪਾ ਕੇ ਹੁੰਦੇ ਨਾ ਇਹਨਾਂ ਦੀਆਂ ਅੱਧੀਆਂ ਦੇ ਬੀਬੀਆਂ ਨੇ ਆ ਕੇ ਤੁਹਾਡੇ ਗੋਡੇ ਘੁੱਟੇ ਕਰਨੇ ਤੇ ਆਏ, ਸੱਚੀ ਗੱਲ ਆ ਕਹੀ ਜਾਣਾ ਸਾਡੇ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ ਹੈਗਾ ਬਾਬਾ ਜੀ, ਸਾਡਾ ਮੇਰਾ ਘਰ ਵਾਲਾ ਦਾਰੂ ਪੀਂਦਾ ਬਾਬਾ ਜੀ, ਆਹੀ ਕੰਮ ਆਹੀ ਨੇ ਉਹਨਾਂ ਦੇ ਵੀ, ਮੇਰੇ ਵਰਗਿਆਂ ਦੇ ਵੀ ਕੰਮ ਇਹੀ ਦੇ, ਪਰ ਸਾਨੂੰ ਬਾਬਾ ਜੀ ਸਾਨੂੰ ਪੀ ਪੀ ਗੋਲਡੀ, ਤੁਹਾਡੇ ਨਾਲ ਪੀ 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 ਲੱਗਿਆ ਨਾ ਜਿਹੜਾ ਉਹ ਪੀ ਪੀ ਇਹਨਾਂ ਦੇ ਚੁੱਭੀ ਜਾਂਦਾ, ਉਹ ਪੀ ਪੀ ਜਿਹੜਾ ਹੁੰਦਾ, ਹੋਰ ਕੋਈ ਬਿਮਾਰੀ ਨਹੀਂ ਹੈਗਾ ਇਹਨਾਂ ਨੂੰ ਚੁੱਭਦੀ ਆ ਪੰਜਾਬ ਜੀ। ਜੇ ਇੱਦਾਂ ਦੀ ਗੱਲ ਸੀ ਮੈਨੂੰ ਫੋਨ ਕਰਕੇ ਦੱਸ ਦਿੰਦੇ, ਫਿਰ ਉਹੀ ਗੱਲ ਵੀ ਭਾਈ ਵਰਦੀ ਪਾਗ ਨਹੀਂ ਕਰਨੀ ਤੂੰ ਸਿੰਪਲ, ਪਾਗਲਾਂ ਦੇ ਕਿਤੇ ਸਿੰਘ ਹੁੰਦੇ ਆ, ਫਿਰ ਇਹਨਾਂ ਨੇ ਪਤਾ ਕਹਿਣਾ ਦਾ ਤੈਂ ਤਾਂ ਦਾੜੀ ਨਹੀਂ ਰੱਖੀ ਜੀ ਹੈਗੀ, ਤੈਂ ਤਾਂ ਬਾਣਾ ਨਹੀਂ ਪਾਇਆ, ਤੈਂ ਤਾਂ ਅੰਮ੍ਰਿਤ ਨਹੀਂ ਛਕਿਆ, ਉਹ ਕਹਿਣਗੇ ਜਿਹਨਾਂ ਨੇ ਸੜਿਆਂ ਦੇ ਆਪਣੇ ਬੂਥੇ ਦੇਖਣ ਜੋਗੇ ਨਹੀਂ ਹੈਗੇ, ਘੋਣ ਮੋਣ ਛੋਣ ਜਿਹਾ ਦੇਖ ਕਿਸੇ ਜਿਹੇ ਹੋਏ ਪਏ ਆ, ਉਹ ਕਹਿੰਦਾ ਮੈਂ ਆਇਆ ਜੀ ਬਘੇਲ, ਸੜਿਆ ਆਪਣੇ ਨਾਂ 'ਤੇ ਬਘੇਲ ਕੱਟ ਦੇ, ਠੀਕ ਹੈ ਖਬਰਦਾਰ ਤੈਨੂੰ ਕੋਈ ਹੱਕ ਨਹੀਂ ਲਾਉਣ ਦਾ ਨਾਲ, ਉਹ ਕਿੱਥੇ ਬਾਬਾ ਬਘੇਲ ਸਿੰਘ ਕਿੱਥੇ ਤੂੰ, ਤੂੰ ਤਾਂ ਬਘੇਲੀ ਬਘੂਲੀ ਜੀ ਰੱਖ ਲਿਆ ਕੋਈ, ਬੀਬੀ ਆ ਤੂੰ ਬੰਦਾ ਨਹੀਂ ਹੈਗਾ, ਕਿਉਂਕਿ ਕਰਤੂਤ ਪਸ਼ੂ ਕੀ ਮਾਨਸ ਕੀ ਜਾਤ, ਇਹ ਕਹਾਣੀ ਹੈ ਤੁਹਾਡੀ, ਤੁਹਾਡੇ ਕੰਮ ਜਿਹੜੇ ਪਸ਼ੂਆਂ ਵਾਲੇ ਨੇ, ਇਨਸਾਨੀਅਤ ਦੀ ਪੂਜਾ ਕਰਨ ਵਾਲਾ, ਇਨਸਾਨੀਅਤ ਦੀ ਸੇਵਾ ਕਰਨ ਵਾਲਾ, ਇਹ ਦੇਵਤਾ ਇਨਸਾਨ ਹੈ ਇਹ ਸਾਧੂ ਇਨਸਾਨ ਆ, ਇੱਦਾਂ ਨਾ ਕਹੋ ਬਾਬਾ ਜੀ, ਨਹੀਂ ਸੱਚ ਆ ਜੀ, ਇਹ ਦੇਖੋ ਆਪਣੀ ਬੜਿਆਈ ਨਹੀਂ ਸੁਣਦਾ, ਸ਼ਰਮ ਕਰੋ ਯਾਰ ਤੁਹਾਡੀ, ਤੁਹਾਨੂੰ ਮਾੜਾ ਜਿਹਾ ਕੋਈ ਕਹਿ ਦੇਵੇ ਜਦ ਜੰਮਲ ਜਾਂਦੇ ਆ ਤੁਸੀਂ, ਸੋ ਤੁਸੀਂ ਘਾਬਰਨਾ ਨਹੀਂ, ਬਾਬਾ ਜੀ ਘਾਬਰਨ ਵਾਲੀ ਮੈਂ ਇੱਦਾਂ ਇੰਨਾ ਵੀ ਨਹੀਂ, ਮੈਂ ਦੇਖੋ ਜੇ ਮੈਂ ਬੋਲਦਾ ਨਹੀਂ ਜੇ ਮੈਂ ਸਰੀਰ ਮੈਂ
ਐਡੀ ਵੀ ਗੱਲ ਨਹੀਂ ਕਿ ਮੈਂ ਜੇ ਏਦਾਂ ਦੀਆਂ ਵੀਡੀਓ ਦਿਖਾ ਕੇ ਬਦਨਾਮ ਕਰਕੇ ਤੇ ਮੈਨੂੰ ਏਦਾਂ ਦਾ ਕੰਮ ਨਹੀਂ ਹੈਗਾ ਬਾਬਾ ਜੀ। ਬਾਬਾ ਜੀ ਅੱਜ ਦੇ ਗੱਲ ਤੁਸੀਂ ਇਹ ਆਪੇ ਚੌਵੀ ਕਹਾਣੀ ਦੋਨੇ ਇੱਕ ਆ ਠੀਕ ਆ ਬਾਈ ਅਸੀਂ ਦੋਨੇ ਇੱਕ ਆ ਸਾਨੂੰ ਦੋ ਨਾ ਮੰਨੋ ਤੁਹਾਨੂੰ ਮੈਂ ਇਹ ਸਾਬਤ ਕਰ ਦਿੰਦਾ ਲੈ ਅੱਜ ਲਓ ਜੀ ਆਪਾਂ ਨਵੇੜੇ ਦਿੰਦੇ ਹਾਂ ਕੰਮ ਆਪਾਂ ਤਾਂ ਆਪਣੇ ਗੱਲ ਦਾ ਸਰੋਪਾ ਜੀ ਦੇ ਬਲੇ ਸੋ ਨਿਹਾਲ ਆਪਾਂ ਤਾਂ ਅੱਜ ਅੱਜ ਤੇ ਬਾਅਦ ਦੇਖ ਲਿਓ ਇਹ ਮੇਰਾ ਭਾਈ ਆ ਇਹ ਛੋਟਾ ਠੀਕ ਹੈ ਜੇ ਕਿਸੇ ਨੂੰ ਤਕਲੀਫ ਆ ਮੇਰਾ ਨਾਮ ਹਰਜੀਤ ਸਿੰਘ ਰਸੂਲਪੁਰ ਬਾਹਲੀ ਗੱਲ ਹੈ ਪੇਜ 'ਤੇ ਸਾਰਾ ਕੁਝ ਡਿਟੇਲ ਪਈ ਆ ਜਿਹਨੇ ਤਕਲੀਫ ਆ ਮੈਨੂੰ ਆਪਣਾ ਘਰ ਦਾ ਐਡਰੈਸ ਦੱਸ ਦਿਓ ਠੀਕ ਵਿੱਧ ਪੁਰਸ਼ ਪ੍ਰਸ਼ਾਸਨ ਆਊਂਗਾ ਇਹ ਵੀ ਗੱਲ ਨਾਲ ਆ ਕਿਉਂਕਿ ਮੈਨੂੰ ਕਾਨੂੰਨ ਦਾ ਪਤਾ ਮੈਂ ਕਾਨੂੰਨ ਦਾ ਅਨਪੜ੍ਹ ਨਹੀਂ ਹਾਂ ਠੀਕ ਠੀਕ ਹੈ ਚਾਰ ਕੰਪਨੀਆਂ ਚਲਾ ਰਿਹਾ ਮੈਂ ਜੀ ਮੈਨੂੰ ਕੋਈ ਉਹ ਨਹੀਂ ਹੈਗਾ ਆਪਾਂ ਗੁਰੂ ਦੇ ਸਿੱਖ ਹਾਂ ਪੜ੍ਹੇ ਲਿਖੇ ਹਾਂ ਸੋਝੀ ਰੱਖਦੇ ਹਾਂ ਕਾਨੂੰਨ ਦੀ ਸਾਨੂੰ ਸਮਝ ਆ ਅਸੀਂ ਇਸ ਦੇਸ਼ ਦਾ ਨਮਕ ਖਾਇਆ ਸੀ ਨਮਕ ਹਲਾਲ ਨਹੀਂ ਕਰਨਾ ਹੈਗਾ ਨਮਕ ਹਰਾਮ ਨਹੀਂ ਕਰਨਾ ਹੈਗਾ ਜਿਨ੍ਹਾਂ ਨੇ ਸਾਨੂੰ ਸੇਵਾ ਭੇਜੀ ਆ ਜਿਨ੍ਹਾਂ ਨੇ ਤੁਹਾਨੂੰ ਮਾਣ ਦਿੱਤਾ ਜਿਨ੍ਹਾਂ ਨੇ ਸਤਿਕਾਰ ਦਿੱਤਾ ਤੁਸੀਂ ਹਮੇਸ਼ਾ ਉਹਨਾਂ ਦਾ ਸਤਿਕਾਰ ਕਰਨਾ ਉਹਨਾਂ ਨੂੰ ਕਦੇ ਪਿੱਠ ਨਹੀਂ ਦਿਖਾਉਣੀ ਨਹੀਂ ਬਾਬਾ ਜੀ ਪਿੱਠ ਕਹੀ ਜਾਂਦੇ ਪਰ ਪਿੱਠ ਦਾ ਮਤਲਬ ਕਿਆ ਤੁਸੀਂ ਸੇਵਾ ਨਹੀਂ ਬੰਦ ਕਰਨੀ ਸਗੋਂ ਵੱਧ ਕਰਨੀ ਆ ਤੁਸੀਂ ਜਿੱਥੇ ਵੀ ਤੁਹਾਡੀ ਸੇਵਾ ਹੋਗੀ ਤੁਸੀਂ ਸਾਨੂੰ ਬੁਲਾਉਣਾ ਸੀ ਪਹੁੰਚਿਆ ਕਰੂੰਗੇ ਚਾਰ ਪੰਜ ਦਿਨ ਹੋ ਗਏ ਕਦੀ ਮੈਂ ਕਿਤੇ ਭੱਜ ਜਾਣਾ ਉੱਥੇ ਬੁਲਾ ਲੈਂਦੇ ਆ ਕਦੇ ਉੱਧਰ ਬੁਲਾ ਲੈਂਦੇ ਤੁਸੀਂ ਕਿਤੇ ਨਹੀਂ ਜਾਣਾ ਹੈਗਾ ਤੁਸੀਂ ਜਿੱਥੇ ਨੇ ਵੀ ਜਾਣਾ ਠੀਕ ਹੈ ਚਾਰ ਪੰਜ ਦਿਨ ਹੋ ਗਏ ਗੱਡੀ ਛੱਡ ਜਾਣੀ ਫਟ ਗੱਡੀ ਛੱਡ ਜਾਣੀ ਅੱਜ ਤੁਸੀਂ ਫਾਰਚੂਨਰ ਤੇ ਜਾਇਆ ਕਰੋ ਸੇਵਾ ਦੇ ਨਹੀਂ ਬਾਬਾ ਜੀ ਜਾ ਹੋ ਰਿਹਾ ਕਦੇ ਉੱਥੇ ਨੋਟਿਸ ਕਢਾ ਦਿੰਦੇ ਆ ਕਦੇ ਉੱਧਰ ਨੋਟਿਸ ਕਢਾ ਦਿੰਦੇ ਆ ਪਤਾ ਨਹੀਂ ਕੀ ਇਹਨਾਂ ਨੇ ਲੈਣਾ ਤੁਹਾਡੇ ਨੋਟਸਾਂ ਦਾ ਮੈਂ ਜਵਾਬ ਦੇ ਕਰੂੰਗਾ ਤੁਸੀਂ ਭੁੱਲ ਜਾਓ ਠੀਕ ਹੈ ਤੁਹਾਡਾ ਭਰਾ 24 ਘੰਟੇ ਤੁਹਾਡੇ ਨਾਲ ਆ ਕਬ ਇਹ ਜਿਹੜੇ ਨਾ ਇਹਨਾਂ ਨੂੰ ਐਂ ਤਕਲੀਫ ਆ ਇੱਕ ਤਾਂ ਨੌਕਰੀ ਕਰਦੇ ਆ ਤੁਸੀਂ ਜੀ ਵੀ ਵਧੀਆ ਯਾਰ ਨੌਕਰੀ ਹੈ ਟੋਰ ਆ ਵੀਰ ਦੀ ਦੂਜੀ ਗੱਲ ਹੈ ਤੁਹਾਡੀ ਸੇਵਾ ਨਾ ਜਿਹੜੀ ਸੇਵਾ ਨੂੰ ਦੇਖ ਕੇ ਤੁਹਾਨੂੰ ਸੰਗਤ ਮਾਣ ਬਖਸ਼ਦੀ ਆ ਜਿਹੜੇ ਲੋਕ ਤੁਹਾਨੂੰ ਸੇਵਾ ਭੇਜਦੇ ਨੇ ਸਤਿਗੁਰੂ ਉਹਨਾਂ ਦੇ ਕਾਰੋਬਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਕਰਦੇ ਆ ਉਹਨਾਂ ਨੂੰ ਉਹਨਾਂ ਦਾ ਮਾਣ ਦਿੰਦੇ ਨੇ ਉਹਨਾਂ ਦੇ ਪਰਿਵਾਰਾਂ 'ਚ ਸੁੱਖ ਸ਼ਾਂਤੀ ਵਰਤਾਉਣ ਇਹ ਅਕਾਲ ਪੁਰਖ ਪਰਮਾਤਮਾ ਜਿਹੜੇ ਪੀਪੀ ਗੋਲਡੀ ਨੂੰ ਪਿਆਰ ਕਰਦੇ ਨੇ ਜਾਂ ਪੀਪੀ ਗੋਲਡੀ ਨੂੰ ਸੇਵਾ ਭੇਜਦੇ ਨੇ ਸਤਿਗੁਰੂ ਜੀ ਕਿਰਪਾ ਕਰਨਾ ਉਹਨਾਂ ਦੇ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਫਤਿਹ ਕਰਨਾ ਉਹਨਾਂ ਦੇ ਅੜੇ ਹੋਏ ਮੋਰਚੇ ਪੱਟ ਦੇਣਾ ਉਹਨਾਂ ਦੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣਾ ਅਕਾਲ ਪੁਰਖ ਜੀ ਕਿਰਪਾ ਕਰ ਦੇਣੀ ਇਹ ਬਿਰਧ ਬਾਣੇ ਦੀ ਲਾਜ ਰੱਖ ਲਈ ਮਹਾਰਾਜ ਕਿਰਪਾ ਕਰਨੀ ਤੁਸੀਂ ਇੱਕ ਇਹ ਚੀਜ਼ ਆ ਜਿੱਥੇ ਵੀ ਸੇਵਾ ਜੀ ਤੁਸੀਂ ਸੇਵਾ ਰੱਖਣੀ ਆ ਜੀ ਬਾਬਾ ਜੀ ਹਾਰ ਚੂਨਾ ਤੁਹਾਡੇ ਕੋਲ ਛੱਡ ਜਾਣੀ ਆ ਨਹੀਂ ਬਾਬਾ ਜੀ ਮੈਂ ਵਾਹਿਗੁਰੂ ਦੋ ਮੈਂ ਆਪ ਹੀ ਲਊਂਗਾ ਬਾਬਾ ਜੀ ਗੱਡੀ ਦੀ ਕਿਹੜੀ ਗੱਲ ਆ ਬਾਬਾ ਜੀ ਦੇਖੋ ਮੇਰੀ ਗੱਲ ਉਹ ਮਾੜਾ ਹੁਣ ਸਵਾਰ ਕੇ ਕਬਜ਼ ਹੋ ਜੂਗੀ ਉਹਨਾਂ ਨੂੰ ਹੋਰ ਕੋਈ ਬਿਮਾਰੀ ਨਹੀਂ ਹੈਗੀ ਤੁਸੀਂ ਜਿੰਨੇ ਦਿਨ ਹੈ ਨਾ ਤੁਸੀਂ ਫਾਰਚੂਨਰ ਤੁਹਾਡੇ ਕੋਲ ਛੱਡ ਜਾਣੀ ਹੈ ਨਹੀਂ ਬਾਬਾ ਜੀ ਮੇਰੀ ਗੱਲ ਸੁਣੋ ਅਸੀਂ ਬੱਸ ਚਲੇ ਜਾਣਾ ਨਹੀਂ ਟੈਕਸੀ ਕਰ ਲਉਂਗੇ ਨਹੀਂ ਨਹੀਂ ਜਾਂ ਅਸੀਂ ਤੁਹਾਡੀ I-20 ਲੈ ਜਾਉਂਗੇ ਨਹੀਂ ਬਾਬਾ ਮੇਰੀ ਬੇਨਤੀ ਆ ਇਹ ਅਸੀਂ ਫਾਰਚੂਨਰ ਮੇਰੀ ਬੇਨਤੀ ਆ ਸੰਗਤ ਦੇਖਦੀ ਆ ਹਨਾ ਆਪਾਂ ਨੇ ਫਾਰਚੂਨਰ ਤੁਹਾਡੇ ਕੋਲ ਛੱਡ ਜਾਣਾ ਨਹੀਂ ਬਾਬਾ ਜੀ ਤੁਸੀਂ ਉਹਨਾਂ ਨੂੰ ਬੁਖਾਰ ਚੜਾਉਣਾ ਇੱਕ ਨਹੀਂ ਮੈਂ ਤਾਂ ਕਹਿੰਦਾ ਤੁਹਾਡੇ ਅੱਗੇ ਪਿੱਛੇ ਫਾਰਚੂਨਰ ਲੈਣ ਗੁਰਦਾਂ ਚੱਲਣੇ ਯਾਰ ਵਾਹਿਗੁਰੂ ਆਉਣ ਵਾਲਾ ਸਮਾਂ ਹੋਊਗਾ ਕੋਈ ਸਮਾਂ ਹੋਊਗਾ ਤੁਹਾਡੇ ਨਾਲ ਤਾਂ ਪਾਇਲਟ ਚੱਲੇ ਕਰੂਗੀ ਲਿਖ ਲਿਓ ਅੱਜ ਕਾਗਜ਼ ਦੇ ਵਿੱਚ ਪਾਇਲਟ ਚੱਲੇ ਕਰੂਗੀ ਸਤਿਗੁਰੂ ਮਾਣ ਦਿੰਦੇ ਨੇ ਉਹ ਜਿਹੜੇ ਸਾਡੋਂ ਝੱਲਦੇ ਨਹੀਂ ਹੈਗੇ ਉਹਨਾਂ ਨੂੰ ਬੁਖਾਰ ਚੜ੍ਹ ਜਾਣਾ ਠੀਕ ਹੈ ਇਸ ਕਰਕੇ ਫਾਰਚੂਨਰ ਤੁਹਾਡੇ ਕੋਲ ਮੈਂ ਛੱਡ ਨਹੀਂ ਇਹ ਤੁਸੀਂ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਨਹੀਂ ਬਾਬਾ ਜੀ ਕਿਸ਼ਤਾਂ ਮੈਂ ਦੇਈ ਜਾਊਂਗਾ ਨਹੀਂ ਬਾਬਾ ਜੀ ਗੱਡੀ ਗੱਡੀ ਦਾ ਗੱਡੀ ਵਾਲੀ ਤਾਂ ਅੱਜ ਬਾਬਾ ਜੀ ਅਸੀਂ ਲੈ ਗਏ ਅਸੀਂ ਦੇਖੋ ਅਸੀਂ ਚਾਰ ਪੰਜ ਜਾਣੇ ਮੁਲਾਜ਼ਮਾਂ ਕਰਦੇ ਅਸੀਂ ਮੈਂ ਉਹੀ ਗੱਲ ਕਰਦਾ ਆਪਾਂ ਨੇ ਉਹ ਨਹੀਂ ਗੱਲ ਹੈਗੀ ਲੇਕਿਨ ਮੇਰੀ ਤਾਂ ਇੰਨੀ ਓ ਗੱਲ ਆ ਹੋ ਨਹੀਂ 20 ਲੱਖ ਦੀ ਸਾਡੀ ਫਸਲ ਹੁੰਦੀ ਜਿਹੜੇ ਕਿਸਾਨ ਵੀਰ ਉਹਨਾਂ ਨੂੰ ਪਤਾ ਜੇ ਫਾਰਮ ਕਿਹੜੇ ਹੁੰਦੇ ਆ ਹਾਂਜੀ ਸਾਡੇ ਕੋਲ ਸਾਰੇ ਫਾਰਮ ਪਏ ਆ ਜੇ ਫਾਰਮ ਜਿਹੜੇ ਆੜਤੀਆਂ ਵੱਲੋਂ ਹਨਾ ਮਿਲਦੇ ਆ ਫਸਲ ਸਾਡੀ ਇੰਨੀ ਹੁੰਦੀ ਆ ਪਤਾ ਨਹੀਂ ਲੋਕ ਕਿਉਂ ਅਸਾਂ ਜਦੋਂ ਰੋਟੀ ਖਾਂਦੇ ਨੂੰ ਝੱਲਦੇ ਨਹੀਂ ਹੈਗੇ ਸੌਖੇ ਜਿਹੜੇ ਹੁੰਦੇ ਨੇ ਬੰਦੇ ਸੁੱਖ ਦਾ ਸਾਹ ਲੈਂਦਾ ਵੀ ਅੱਜ ਸੇਵਾ ਕੌਣ ਕਰ ਦੇਣਾ ਮੇਰੇ ਮਾਂ ਬਾਪ ਤੰਗ ਹੋਣ ਮੈਂ ਕਿਸੇ ਦੀ ਕਿਆ ਸੇਵਾ ਕਰੂੰਗਾ ਜਿਹਦਾ ਆਪ ਦੀ ਛੱਤ ਟੁੱਗੀ ਵੀ ਹੋਵੇ ਉਹ ਦੂਜੇ ਦੀ ਕਿਵੇਂ ਬਣਾਊਗਾ ਮੈਂ ਸੋ ਆਪ ਸਾਰੀ ਸੰਗਤ ਜੀ ਤੁਸੀਂ ਵੀਰ ਨੂੰ ਦੱਬ ਕੇ ਸੇਵਾ ਵਿੱਚ ਯੋਗਦਾਨ ਪਾਓ ਤਕੜੇ ਹੋ ਕੇ ਆਪਾਂ ਨੇ ਸੇਵਾ ਕਰਨੀ ਆ ਇਹ ਵੱਡੀਆਂ ਸੇਵਾਵਾਂ ਕਰਨੀਆਂ ਜਿੱਥੇ ਅੱਜ ਇੱਕ ਕਹਿੰਦੇ ਨਾ ਹੁਣ ਹਜ਼ਾਰਾਂ ਕਰਨੀਆਂ ਮਿਲ ਕੇ ਕਰਾਂਗੇ ਜੀ ਬਾਬਾ ਕੋਈ ਘਾਬਣ ਵਾਲੀ ਗੱਲ ਨਹੀਂ ਹੈਗੀ ਇਹਨਾਂ ਨੂੰ ਦੱਸਣਾ ਅਸੀਂ ਆਪਣੀ ਸੇਵਾ ਕਰਕੇ ਅਸੀਂ ਕਿਸੇ ਨੂੰ ਇਹ ਨਹੀਂ ਆ ਸਾਡੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਦੁਸ਼ਮਣੀ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਅਖੀਰ ਵਿੱਚ ਮੈਂ ਇੱਕ ਜ਼ਰੂਰ ਕਰੂੰਗਾ ਕਿ ਪਰਮੇਸ਼ਵਰ ਤੇਰੀ ਬਣਾਈ ਹੋਈ ਕਾਇਨਾਤ ਆ
चोर भी तेरे, साध भी तेरे, दिन भी तेरी, रात भी तेरी, मैं भी तेरा, तू भी मेरा, सब तेरा ही तेरा है। पर उन्हां लोकां दीआं जवानां बंद कर दे महाराज। धन धन बाबा बंदा सिंह बहादुर, बाबा बित्तर सिंह जी, बाबा उदय सिंह जी, बाबा जीवन सिंह जी, बाबा दयाला जी, बाबा मतीदार जी, बाबा सतीदार जी, शहीदों सिंह कृपा करो उन्हां नूं समझा दिओ हुण माड़ा जिहा, उन्हां दीआं जवानां नूं तुसीं बंद करना है। दास की बेनती महाराज आप जी ने प्रवान करना है। मेरी अरदास आप जी के सहयोग सिंह चरणा के विच, ये जिहड़े लोग ने जिहड़े इह जे इंसान नूं अखां चक के देखते ने, जिहड़े इह जे इंसान की छवि नूं खराब करन लगे हुए ने, समारिक तौर पर बदनाम करन लगे ने, महाराज शहीदों सिंह तुसीं ही मिलना उन्हां नूं, उही आप मिलोंगे। ਆਪਾਂ ਨੇ ਅੱਜ ਤੇ ਬਾਅਦ ਜੀ ਤੁਸੀਂ ਉਹਨਾਂ ਨੂੰ ਕੁਛ ਨਹੀਂ ਕਹਿਣਾ। ਮੈਂ ਪਹਿਲਾਂ ਵੀ ਨਹੀਂ ਕਿਹਾ ਬਾਬਾ ਜੀ, ਆਪਾਂ ਨੇ ਮੇਰੇ ਕਦੇ ਵੀ ਸੁਣ ਲਓ ਕਿ ਮੈਂ ਕਿਸੇ ਨੂੰ ਮਤੇ ਮਾਰ, ਆਪਾਂ ਨੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਜੀ ਤੁਸੀਂ ਸੇਵਾ ਨੂੰ ਆਪਣੇ ਐਂ ਤਕੜੇ ਹੋ ਕੇ ਵਿਢਣਾ ਜੀ, ਤੇ ਫਾਸਟ ਉਹਨਾਂ ਤੁਸੀਂ ਮੇਰੀ ਪਰਵਾਹ, ਠੀਕ ਨੀ? ਇੰਨਾ ਕੁ ਕੰਮ ਹੈ ਤੇ ਸਾਡੇ ਸਾਰੀਆਂ ਹੀ ਜਿਹੜੀਆਂ ਫੌਜਾਂ ਨੇ, ਜਿੰਨੀ ਵੀ ਸਾਡੀ ਟੀਮ ਹੈ, ਇਹਦੇ ਤੁਸੀਂ ਮਾਣ ਲੈ, ਵੈਲਕਮ ਜੀ ਆਇਆ ਸਾਰਿਆਂ, ਠੀਕ ਹੈ? ਘਰੇ ਆਏ ਹੋ ਮੇਰੇ ਤੁਸੀਂ, ਕੋਈ ਉਹ ਨਹੀਂ, ਮੈਂ ਬੜਾ ਮੇਰਾ ਮਨ ਹੋਇਆ ਮਾਤਾ ਜੀ ਨੂੰ ਮਿਲ ਕੇ, ਬੜਾ ਸਕੂਨ ਮਿਲਿਆ। ਧੰਨ ਆ ਇਹ ਮਾਂ ਜਿਹਨੇ ਤੁਹਾਨੂੰ ਜਣਿਆ, ਉਹ ਭੈਣ ਭਾਈ, ਸਾਨੂੰ ਇਹ ਮਾਣ ਮਿਲਿਆ ਕਿ ਤੁਹਾਨੂੰ ਭਰਾ ਬਣਾਉਣ ਦਾ, ਹੈਨਾ? ਅੱਜ ਦੇ ਤੁਸੀਂ ਮੇਰੇ ਭਰਾ ਜੀ, ਮੈਂ ਵੀ ਜੀ, ਠੀਕ ਹੈ? ਠੀਕ ਹੈ। ਇਸ ਗੱਲ ਕੇ ਸਹੀਆਂ ਫੰਗਤਾਂ ਲਈ ਭੁੱਲਾਂ ਬੰਦੇ ਖਿਮਾ ਬਖਸ਼ਣੀਆਂ, ਜਿਹੜੀਆਂ ਸੰਗਤਾਂ ਸਾਨੂੰ ਪਿਆਰ ਕਰਦੀਆਂ ਨੇ, ਸਾਨੂੰ ਦੇਖ ਰਹੀਆਂ ਨੇ, ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਹਨੂੰ ਉਹਨਾਂ ਦੁਸ਼ਮਣਾਂ ਤੱਕ ਪਹੁੰਚਾ ਦਿਓ ਜਿਹੜੇ ਦੇਸ਼ ਦੇ ਦੁਸ਼ਮਣ ਨੇ, ਜਿਹੜੇ ਸਾਡੀ ਕੌਮ ਦੇ ਦੁਸ਼ਮਣ ਨੇ, ਜਿਹੜੇ ਬਾਬਾ ਰੰਗਰੇਟਾ ਗੁਰੂ ਕਾ ਬੇਟਾ ਉਹਨਾਂ ਨੂੰ ਝੱਲਦੇ ਨਹੀਂ ਹੈਗੇ, ਉਹਨਾਂ ਤੱਕ ਪਹੁੰਚਾ ਦਿਓ, ਜਿਹੜੀ ਇਹਨਾਂ ਦੀ ਚੜ੍ਹਦੀ ਕਲਾ ਨੂੰ ਨਹੀਂ ਦੇ ਕੇ ਕੁਛ, ਉਹਨਾਂ ਤੱਕ ਪਹੁੰਚਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।